5-7 ਸਾਲ ਰੋਟੀ ਪਕਾ ਕੇ ਖਵਾਲੀ ਆ। ਆਂਟੀ ਕਦੀ ਆਖਿਆ ਨੀ ਵੀ ਅੱਜ ਬਤਾਊਆਂ ਚ ਲੂਣ ਜ਼ਿਆਦਾ ਹੋ ਗਿਆ ਜਾਂ ਤੇਲ ਜ਼ਿਆਦਾ ਹੋ ਗਿਆ? ਇੱਥੇ ਬਿਸਤਰੇ ਜਨਾਨੀਆਂ ਇਕੱਠੇ ਕਰਦੀਆਂ, ਉੱਥੇ ਸਿਰ ਉੱਠ ਕੇ ਮੈਨੂੰ ਕਰਨੇ ਪੈਂਦੇ ਆ। ਨਹੀਂ ਮੈਂ ਜੇ ਘਰ ਹੋਣ ਫਿਰ ਤਾਂ ਨਹੀਂ ਬਣਾਈ। ਅੱਛਾ, ਜੇ ਨਹੀਂ ਫਿਰ ਬਣਾ ਕੇ ਪੀ ਲੈਣੀ ਆ। ਆਪ ਪੀ ਲੈਣੀ, ਬੀਬੀ ਨੂੰ ਨਹੀਂ ਪਿਆਉਣੀ ਹੈ? ਬੀਬੀ ਜਦੋਂ ਗਈ ਤੇ ਬੀਬੀ ਦੇ ਹੁਣ ਮਗਰ ਲੈ ਕੇ ਜਾਂਦਾ। ਮੈਂ ਛੱਪੜ ਚੋਂ ਮੱਝ ਕਰਨੀ, ਕੈਨੇਡਾ ਦੇ ਜਨਾਨੀ ਕਰਨੀ ਬਹੁਤ ਔਖੀ ਆ। ਅੱਗੇ ਤੀਵੀਆਂ ਥੱਲੇ ਲਾ ਕੇ ਰਹਿੰਦੀਆਂ ਸੀ, ਹੁਣ ਲੋਕ ਬੰਦਿਆਂ ਨੂੰ ਤੀਵੀ ਥੱਲੇ ਲਾ ਕੇ ਰਹਿਣਾ। ਆਹ ਲੋ ਸੱਚ ਆ ਗਿਆ ਜੇ ਬਾਬੇ ਦਾ, ਸੁਣੋ ਜਰਾ ਹੁਣ ਕੌਣ ਥੱਲੇ ਲੱਗਦਾ ਭਲਾ ਬੰਦਾ? ਇਹ ਚ ਕੋਈ ਲੋਕ ਨਹੀਂ ਆ। ਸ਼ੁਰੂਆਤ ਇਹਨਾਂ ਤੋਂ ਹੋਈ ਸੀ। ਜੱਲਿਆਂ ਵਾਲੇ ਬਾਗ ਜੋ ਮਾਰੇ, ਕਈ ਭੈਣਾਂ ਦੇ ਪੁੱਤਰ, ਕਈ ਭੈਣਾਂ ਦੇ ਵੀਰ ਪਿਆਰੇ, ਲਾਸ਼ਾਂ ਦੇ ਢੇਰਾਂ ਨੂੰ ਵੇਖ ਕੇ ਹੜ ਹੜ ਕਰਦਾ, ਖੜ ਜਾ ਅਡਵੈਰਾ ਓਏ, ਬਦਲਾ ਲੈਣਾ ਅੰਮ੍ਰਿਤਸਰ ਦਾ, ਬਦਲਾ ਲੈਣਾ ਅੰਮ੍ਰਿਤਸਰ ਦਾ। ਸਤਿ ਸ਼੍ਰੀ ਅਕਾਲ ਜੀ, ਪ੍ਰਾਈਮ ਏਸ਼ੀਆ ਟੀ ਵੀ ਤੁਸੀਂ ਵੇਖ ਰਹੇ ਹੋ ਅਤੇ ਮੈਂ ਪਰਮ ਸਿੰਘ ਪ੍ਰੋਗਰਾਮ ਪ੍ਰਾਈਮ ਸਾਥ ਲੈ ਕੇ ਮੁੜ ਤੋਂ ਹਾਜ਼ਰ ਹਾਂ। ਅਤੇ ਮੈਨੂੰ ਲੱਗਦਾ ਵੀ ਤੁਹਾਨੂੰ ਹੈਰਾਨੀ ਜ਼ਰੂਰ ਹੋਊਗੀ ਵੀ ਪਿੱਛੇ ਉਹ ਨਿੱਕੀਆਂ ਨਿੱਕੀਆਂ ਕਨਾਤਾਂ ਜੀਆਂ ਲੱਗੀਆਂ ਅਤੇ ਬਜ਼ੁਰਗਾਂ ਨੇ ਹੱਥਾਂ 'ਚ ਝੰਡੇ ਫੜੇ ਨੇ, ਪੱਗਾਂ ਬੰਨੀਆਂ ਨੇ ਅਤੇ ਅੱਜ ਮਾਹੌਲ ਜਿਹਾ ਕਿਸੇ ਪਿੰਡ ਦਾ ਨਹੀਂ ਲੱਗਦਾ। ਭਾਈ ਪਿੰਡ ਦਾ ਮਾਹੌਲ ਹੀ ਆ। ਉੱਦਾਂ ਅਸੀਂ ਪਿੰਡ ਜਾਂਦੇ ਹਾਂ ਪ੍ਰਾਈਮ ਸਾਥ ਪ੍ਰੋਗਰਾਮ ਕਰਨ। ਅੱਜ ਸਾਡੇ ਬਜ਼ੁਰਗ ਸਾਡੇ ਕੋਲ ਮੋਹਾਲੀ ਚੰਡੀਗੜ੍ਹ ਦੇ ਵਿੱਚ ਆਏ ਨੇ, ਹਾਲਾਂਕਿ ਆਪਣੀਆਂ ਮੰਗਾਂ ਨੂੰ ਲੈ ਕੇ ਇੱਥੇ ਆਏ ਨੇ। ਅਸੀਂ ਸੋਚਿਆ ਵੀ ਸੱਥਾਂ ਅਸੀਂ ਉੱਥੇ ਕਰਦੇ ਹਾਂ, ਇੱਥੇ ਤਾਂ ਅੱਜ ਸੱਥਾਂ ਦਾ ਭੰਡਾਰ ਆ ਸਾਡੇ ਕੋਲ। ਆਪਾਂ ਇਹਨਾਂ ਨਾਲ ਗੱਲਾਂ ਬਾਤਾਂ ਕਰਾਂਗੇ, ਨਾਲੇ ਜਾਣਾਂਗੇ ਵੀ ਕਿਸ ਤਰੀਕੇ ਨਾਲ ਸ਼ੁਰੂ ਤੋਂ ਸਾਡੀ ਕੌਮ ਸੰਘਰਸ਼ ਕਰਦੀ ਆਈ ਆ ਅਤੇ ਸ਼ੁਰੂ ਤੋਂ ਹੀ ਕਿੱਦਾਂ ਦੇ ਮਾਹੌਲ ਰਹੇ ਨੇ, ਉਹ ਗੱਲਾਂ ਬਾਤਾਂ ਕਰਾਂਗੇ। ਬਾਪੂ ਜੀ ਹੁਣੀ ਸਾਡੇ ਨਾਲ ਬੈਠੇ ਨੇ। ਬਾਪੂ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਠੀਕ ਠਾਕ ਹੋ? ਹਾਂਜੀ ਠੀਕ ਠਾਕ। ਚੜ੍ਹਦੀ ਕਲਾ ਜੋ ਆ ਮਾੜਾ ਜਿਹਾ ਇਹਨੂੰ ਹੋਵੋ, ਗਾਂਹ ਜਿਹਨੂੰ ਇੱਥੇ ਕੁ ਜਾਓ। ਤੁਹਾਡਾ ਪੂਰਾ ਨਾਮ ਕੀ ਹੈ ਜੀ? ਮੇਰਾ ਨਾਮ ਕੁਲਵਿੰਦਰ ਸਿੰਘ ਪੰਡਾਲ। ਅੱਛਾ ਜੀ, ਕਿਹੜਾ ਪਿੰਡ ਹੈ ਜੀ ਤੁਹਾਡਾ? ਪੰਡਾਲ ਬੇਟ। ਪੰਡਾਲ ਬੇਟ, ਜ਼ਿਲ੍ਹਾ ਕਪੂਰਥਲਾ। ਅੱਛਾ, ਕਪੂਰਥਲਾ। ਹਾਂ ਜੀ। ਅੱਛਾ ਬਾਪੂ ਜੀ, ਵੇਖੋ ਇੱਥੇ ਆਪਾਂ ਆਏ ਆਪਣੀਆਂ ਮੰਗਾਂ ਨੂੰ ਲੈ ਕੇ, ਅਤੇ ਇਹ ਦੱਸੋ ਵੀ ਜਦੋਂ ਵੀ ਤੁਸੀਂ ਇੱਦਾਂ ਸੰਘਰਸ਼ ਸ਼ੁਰੂ ਹੁੰਦਾ ਅਤੇ ਘਰਾਂ ਤੋਂ ਟਰਾਲੀਆਂ ਲੈ ਕੇ ਤੁਰਦੇ ਹੋ, ਰਸਦ ਲੈ ਕੇ ਤੁਰਦੇ ਹੋ, ਰਾਸ਼ਨ ਪਾਣੀ ਲੈ ਕੇ ਤੁਰਦੇ ਹੋ, ਕਿੰਨੇ ਦਿਨ ਪਹਿਲਾਂ ਵਿਉਂਤਬੰਦੀ ਸ਼ੁਰੂ ਕਰ ਲੈਂਦੇ ਹੋ? ਘੱਟੋ ਘੱਟ 15 ਦਿਨ ਪਹਿਲਾਂ। 15 ਦਿਨ ਪਹਿਲਾਂ ਜਿਹੇ ਬੰਦੀਆਂ ਦੇ ਜਿੱਦਾਂ ਕਾਲ ਆ ਜਾਂਦੀ ਆ, ਉਹਦੇ ਮੁਤਾਬਕ ਅਸੀਂ ਪਿੰਡਾਂ 'ਚ ਕਮੇਟੀਆਂ ਬਣੀਆਂ ਸਾਡੀਆਂ। ਅੱਛਾ। ਉਹਨਾਂ ਨੇ ਪਿੰਡਾਂ ਦੇ ਵਿੱਚ ਆਪੋ ਆਪਣੇ ਪਿੰਡਾਂ 'ਚ ਗ੍ਰਾਹੀ ਕਰਨੀ ਆ। ਅੱਛਾ। ਆਪੋ ਆਪਣੀ ਟਰਾਲੀ ਦੀ ਤਿਆਰੀ ਕਰਨੀ ਆ, ਆਪੋ ਆਪਣਾ ਰਾਸ਼ਨ ਖਰੀਦਣਾ। ਅੱਛਾ। ਇਹ ਲੋਕ ਪੰਜਾਬ ਦੇ ਆ, ਇਹ ਪਹਿਲਾਂ ਤੋਂ ਸੰਘਰਸ਼ ਲੜਨਾ ਜਾਣਦੇ ਆ, ਅੱਜ ਕੋਈ ਨਵਾਂ ਨਹੀਂ ਲੜਨ ਲੱਗੇ। ਬਿਲਕੁਲ। ਇਹਨਾਂ ਦਾ ਇਤਿਹਾਸ ਬੋਲਦਾ ਪਿੱਛੋਂ ਤੱਕ, ਖੂਨ ਨਾਲ ਰਜਿਆ ਪਿਆ ਇਹ। ਬਿਲਕੁਲ। ਇਸ ਕਰਕੇ ਇਹਨਾਂ ਨੂੰ ਤਿਆਰੀ ਦੀ ਬਹੁਤੀ ਲੋੜ ਨਹੀਂ, ਇਹ ਆਪਣੇ ਆਪ ਹੀ ਤਿਆਰੀ ਕਰਨੀ ਜਾਣਦੇ ਆ। ਇਹ ਤਿਆਰ ਹੀ ਰਹਿੰਦੇ ਨੇ, ਤਿਆਰ ਰਹਿੰਦੇ 24 ਘੰਟੇ। ਜਿੱਦਾਂ ਸਿੰਘਾਂ ਦੀਆਂ ਕਹਾਣੀਆਂ ਸੁਣੀਆਂ ਹੋਈਆਂ, ਘੋੜਿਆਂ ਦੀਆਂ ਕਾਠੀਆਂ ਤੇ ਰਾਤਾਂ ਕੱਟੀਆਂ ਹੋਈਆਂ, ਉਹ ਹੀ ਖੂਨ ਇਹਨਾਂ ਦੇ ਦਿਲਾਂ ਦੇ ਵਿੱਚ ਆ, ਰਗਾਂ ਦੇ ਵਿੱਚ ਆ, ਉਹ ਸੀ ਖੂਨ ਗਰਮ ਦੇ ਨਾਲ ਇਹ ਸੰਘਰਸ਼ ਨੂੰ ਵੱਢ ਲੈਂਦੇ ਜਿੱਥੇ ਜੀ ਕਰਦਾ। ਫਿਰ ਬਾਪੂ ਜੀ ਜਦੋਂ ਚੱਲਦੇ ਹੋ, ਜਦੋਂ ਆ ਜਾਂਦੇ ਹੋ ਸੰਘਰਸ਼ ਵਾਲੀ ਥਾਂ 'ਤੇ, ਇੱਥੇ ਆ ਕੇ ਰਾਸ਼ਨ ਪਾਣੀ ਵੀ ਬਣਾਉਣਾ, ਰੋਟੀ ਤਿੰਨੋਂ ਟਾਈਮ ਬਣਨੀ, ਚਾਹ ਦੁੱਧ ਸਾਰਾ ਕੁਛ ਹੀ ਚੱਲਦਾ, ਕਿਉਂਕਿ ਜਦੋਂ ਇੱਦਾਂ ਦੇ ਅੰਦੋਲਨ ਹੁੰਦੇ ਨੇ, ਸੰਘਰਸ਼ ਹੁੰਦਾ, ਤਾਂ ਫਿਰ ਉਦੋਂ ਡਿਊਟੀਆਂ ਵੰਡੀਆਂ ਜਾਂਦੀਆਂ ਨੇ ਜਾਂ ਜਿਹਦਾ ਜਿੱਦਾਂ ਜਿੱਧਰ ਨੂੰ ਸੂਤ ਆਉਂਦਾ ਉੱਧਰਲੇ ਪਾਸੇ ਲੱਗ ਜਾਂਦਾ? ਇਹ ਤਾਂ ਜਿੱਦਾਂ ਜਿੱਦਾਂ ਬੰਦਾ ਕੰਮ ਜਾਣਦਾ। ਜਿੱਦਾਂ ਸਾਡੇ ਨਾਲ ਪਹਿਲੀ ਵਾਰ ਨਵੇਂ ਮੁੰਡੇ ਉੱਠ ਕੇ ਗਏ ਦਿੱਲੀ ਨੂੰ, ਉਹਦੇ ਵਿੱਚ ਆਟਾ ਗੁੰਨਣਾ ਮੈਸ ਕਰ ਲਿਆ ਮੁੰਡਿਆਂ ਦਾ। ਅੱਛਾ ਜੀ। ਅੱਜ ਵੀ ਵੀਡੀਓ ਹੈਗੀਆਂ। ਅੱਛਾ। ਪਕੌੜੇ ਕੱਢਣ ਤੱਕ ਸੰਘਰਸ਼ ਲੜਨ ਦੇ ਪੂਰੇ ਤਰੀਕੇ। ਅੱਛਾ ਜੀ। ਕਿਵੇਂ ਬੈਰੀਅਰ ਭੰਨੀ ਦੇ ਆ, ਕਿੱਦਾਂ ਗਾੜੀ ਟੱਕਰਾਂ ਲੈਣੀਆਂ, ਉਹ ਸਾਰੀਆਂ ਵੀਡੀਓ ਸਾਡੇ ਕੋਲ ਪਈਆਂ। ਅੱਛਾ। ਆਪ ਹੱਥੀਂ ਆਟਾ ਗੁੰਨਦਿਆਂ ਦੀਆਂ, ਨਿਆਣੇ ਬਾਅਦ 'ਚ ਤੀਜੇ ਦਿਨ ਆਟਾ ਗੁੰਨਣ ਲੱਗ ਪਏ। ਅੱਛਾ ਅੱਛਾ ਬਾਪੂ ਜੀ, ਇਹ ਆਟਾ ਗੁੰਨਣਾ ਮੁੱਢ ਤੋਂ, ਤੁਹਾਨੂੰ ਤੇ ਮੁੱਢ ਤੋਂ ਹੀ ਆਉਂਦਾ, ਕਹਿੰਦੇ ਵੀ ਅੱਜ ਕੱਲ੍ਹ ਤੇ ਲੋਕਾਂ ਨੂੰ ਆਟਾ ਵੀ ਨਹੀਂ ਗੁੰਨਣਾ ਆਉਂਦਾ, ਇਹ ਗੱਲ ਸੱਚੀ ਆ? ਇਹ ਸੱਚ ਆ ਗੱਲ। ਅੱਜ ਕੱਲ੍ਹ ਦੇ ਮੁੰਡਿਆਂ ਦਾ ਤੇ ਹੁਣ ਪੁਰਾਣੇ ਬਜ਼ੁਰਗਾਂ ਦਾ ਤਜਰਬੇ ਕੀਤੇ ਹੋਏ ਆ, ਇਹਨਾਂ ਨੇ ਹੱਥੀਂ ਕੰਮ ਕੀਤਾ ਹੋਇਆ। ਅੱਜ ਦਿਆਂ ਨੇ ਤੇ ਮਾਂ ਦੀਆਂ ਰੋਟੀਆਂ ਤੇ ਪਿਓ ਦੇ ਪੈਸੇ, ਤੇ ਅਸੀਂ ਤੇ ਆਪ ਹੱਥੀਂ ਕੰਮ ਕੀਤਾ ਹੋਇਆ। ਪੇ ਕੋ ਪੈਸਾ ਜ਼ਰੂਰ ਮੰਗਿਆ, ਮਾਂ ਕੋ ਰੋਟੀ ਜ਼ਰੂਰ ਮੰਗੀ ਆ, ਲੇਕਿਨ ਨਾਲ ਸਾਥ ਪੂਰਾ ਦਿੱਤਾ। ਅੱਜ ਕੱਲ੍ਹ ਦੇ ਜਵਾਕ ਤੁਹਾਨੂੰ ਪਤਾ ਹੀ ਆ ਨਜ਼ਾਰੇ ਦੇ। ਬਾਪੂ ਜੀ ਜਦੋਂ ਇੱਦਾਂ ਅੰਦੋਲਨ 'ਤੇ ਆ ਕੇ ਇੱਥੇ ਤੜਕੇ ਲਾਉਂਦੇ ਹੋ, ਕਿਤੇ ਤੇਲ ਦੀ ਵਾਧ ਘਾਟ ਹੋ ਜਾਂਦੀ, ਕਿਤੇ ਘਿਓ ਵੱਧ ਪੈ ਗਿਆ, ਕਿਤੇ ਜ਼ਿਆਦਾ ਪੈ ਗਿਆ, ਕਿਤੇ ਸਾਰਾ ਹਿਸਾਬ ਕਿਤਾਬ ਬਣ ਗਿਆ, ਕੋਈ ਗੱਲ ਨਹੀਂ ਬਾਪੂ ਜੀ, ਜਾਓ ਤੁਹਾਡਾ ਕਾਫਲਾ ਆ ਗਿਆ। ਇਹ ਬਾਪੂ ਜੀ ਹੁਣੀ ਇਹਨਾਂ ਕੋਲ ਝੰਡੇ ਨੇ, ਇਹਨਾਂ ਨੇ ਗਾਂਹ ਜਾਣਾ ਸੰਘਰਸ਼ ਕਰਨ, ਕੋਈ ਚੱਕਰ ਨਹੀਂ, ਆਪਣੇ ਬਾਬਾ ਜੀ ਹੁਣ ਬੈਠੇ ਨੇ। ਅਤੇ ਇਹ ਫਿਰ ਜਦੋਂ ਤੇਲ ਦੀ ਵਾਧ ਘਾਟ ਹੋ ਜਾਂਦੀ, ਕਿਤੇ ਉਹ ਤਾਂ ਘਰ ਬੰਦਾ ਜਨਾਨੀ ਨੂੰ ਕਹਿ ਦਿੰਦਾ ਵੀ ਤੂੰ ਮਾਸਾ ਮਿਰਚ ਘੱਟ ਹੀ ਪਾ ਲੈਣੀ ਸੀ, ਇੱਥੇ ਫਿਰ ਕੰਮ ਰਲੇਵਾਂ ਹੀ ਚੱਲ ਜਾਂਦਾ। ਨਹੀਂ ਜੀ, ਅਸੀਂ ਤਾਂ ਆਮ ਹੀ ਕਰਦੇ ਰਹੇ। ਅੱਛਾ।
ਜਿਵੇਂ ਮੈਂ ਤਾਂ ਆਪ ਖੁਦ ਡਰਾਈਵਰੀ ਲਾਈਨ ਕੀਤੀ ਆ ਉੱਥੇ ਵੀ ਰੋਟੀ ਪਾਣੀ ਕਰਦਾ ਰਿਹਾ ਆਪ ਅੱਛਾ ਕਿਤੇ ਜਾਮ ਲੱਗ ਜਾਣਾ ਕਹਿੰਦੇ ਵੀ ਜਿਹੜੇ ਬੰਦੇ ਨੂੰ ਜਾਂਚ ਹੋਵੇ ਨਾ ਤੇ ਉਹਦੇ ਸਾਹਮਣੇ ਕੋਈ ਬਣਾਉਣ ਡਿਆ ਹੋਵੇ ਨਾ ਉਹਨੂੰ ਹੁੰਦਾ ਵੀ ਇਹ ਗਲਤ ਨਾ ਕਰਦੇ ਨਹੀਂ ਅਸੀਂ ਕਹੀਦਾ ਇਹ ਸਿੱਖ ਲਵੇ ਕੋਈ ਨੀ ਵੱਧ ਘੱਟ ਪੈ ਜੂ ਤਾਂ ਕੋਈ ਗੱਲ ਨੀ ਅੱਜ ਵੱਧ ਪੈ ਜੂ ਕੱਲ ਨੂੰ ਆਪੇ ਘੱਟ ਪਾਲੂਗਾ ਤਜਰਬਾ ਤਾਂ ਹੋਜੂ ਉਹਨੂੰ ਇਸ ਕਰਕੇ ਉਹਨੂੰ ਬਹੁਤਾ ਟੋਕਾ ਟਕਾਈ ਨੀ ਕਰੀਦਾ ਪੁਰਾਣੇ ਬਜ਼ੁਰਗਾਂ ਦੀ ਇੱਕ ਬੜੀ ਖਾਸ ਗੱਲ ਹੁੰਦੀ ਸੀ ਵੀ ਜੋ ਜਿਹੜੇ ਤਰੀਕੇ ਨਾਲ ਕੋਈ ਕੰਮ ਕਰਦਾ ਉਹਨੂੰ ਪਹਿਲਾਂ ਕਰਨ ਦਿੰਦੇ ਨੇ ਉਸ ਤੋਂ ਬਾਅਦ ਫਿਰ ਉਹਨੂੰ ਸਮਝਾਉਂਦੇ ਨੇ ਵੀ ਕਾਕਾ ਐਂ ਨੀ ਐਂ ਕਰੀਦਾ ਉਹ ਜਿੰਨੇ ਚਿਰ ਗਲਤ ਕੰਮ ਕਰਦਾ ਨਹੀਂ ਉਹਨੇ ਚਿਰ ਉਹਨੂੰ ਸਿੱਧੇ ਕੰਮ ਦਾ ਪਤਾ ਹੀ ਨਹੀਂ ਲੱਗਣਾ ਇਸ ਕਰਕੇ ਸਿੱਧਾ ਕੰਮ ਉਦੋਂ ਕਰੂਗਾ ਜਦੋਂ ਇੱਕ ਵਾਰ ਪੁੱਠਾ ਕਰ ਲਿਆ ਮੈਨੂੰ ਇਹ ਦੱਸੋ ਵੀ ਜਿਹੜੇ ਸਾਡੇ ਮਾਤਾ ਜੀ ਨੇ ਆਂਟੀ ਜੀ ਹੋਣੀ ਉਹਨਾਂ ਨੂੰ ਵੀ ਕੰਮ ਤੁਸੀਂ ਸਿਖਾਇਆ ਕਿ ਪਿੱਛੋਂ ਸਿੱਖ ਕੇ ਆਏ ਦੇਖੋ ਜੀ ਜਿਹੜਾ ਤੁਸੀਂ ਆਂਟੀ ਵਾਲੀ ਗੱਲ ਛੇੜ ਲਈ ਆ ਇਹ ਤਾਂ ਮੇਰੇ ਨਾਲ ਬੈਠੇ ਪਿੰਡ ਦੇ ਬੰਦੇ ਅੱਛਾ ਜੀ ਇਹਨਾਂ ਨੂੰ ਖੁਦ ਪਤਾ ਘੱਟੋ ਘੱਟ ਨਹੀਂ ਤਾਂ ਉਹਨੂੰ ਮੈਂ ਪੰਜ ਸੱਤ ਸਾਲ ਰੋਟੀ ਪਕਾ ਕੇ ਖਵਾਲੀ ਆ ਗੋਡਿਆਂ ਦੁਖੋਂ ਗੋਡਿਆਂ ਦੁਖੋਂ ਗੋਡਿਆਂ ਦੁਖੋਂ ਹਾਂਜੀ ਤੇ ਆਂਟੀ ਜੀ ਫਿਰ ਅੱਛਾ ਚਲੋ ਇਸ ਟਾਈਮ ਮਾਲਕ ਦੀ ਏਡੀ ਕਿਰਪਾ ਵਾ ਆਪ ਰੋਟੀ ਲਾਉਂਦੀ ਆ ਆਪ ਸਭ ਕੁਝ ਕਰਦੀ ਆ ਕਿਸੇ ਧਰਨੇ ਤੇ ਜਾਣਾ ਹੋਊਗਾ ਲੀੜੇ ਆਪ ਬੈਗ ਚ ਪਾਉਂਦੀ ਆ ਕਦੇ ਉਹਨੇ ਰੋਕਿਆ ਨਹੀਂ ਸਾਨੂੰ ਇਹ ਵੀ ਜਿਗਰਾ ਕਿਹੇ ਕਿਹੇ ਚ ਹੁੰਦਾ ਵਾ ਅੱਛਾ ਉਹ ਆਪਾਂ ਸਭਾਇਕੀ ਮਜ਼ਾਕੀਆ ਗੱਲ ਕਰਦੇ ਹਾਂ ਵੀ ਜਦੋਂ ਆਂਟੀ ਜੀ ਨੂੰ ਤੁਸੀਂ ਪਕਾ ਕੇ ਖਵਾਉਂਦੇ ਰਹੇ ਹੋ ਆਂਟੀ ਕਦੀ ਆਖਿਆ ਨਹੀਂ ਵੀ ਅੱਜ ਬਤਾਊਆਂ 'ਚ ਲੂਣ ਜ਼ਿਆਦਾ ਹੋ ਗਿਆ ਜਾਂ ਤੇਲ ਜ਼ਿਆਦਾ ਹੋ ਗਿਆ ਦੇਖੋ ਜੀ ਸਬਜ਼ੀ ਜੋਗਾ ਤੋਂ ਕਰ ਲੈਂਦੀ ਸੀ ਅੱਛਾ ਰੋਟੀ ਜ਼ਿਆਦਾ ਚਿਰ ਲੱਗਦਾ ਖੜੇ ਹੋ ਕੇ ਪਕਾਉਣ ਨੂੰ ਗੋਡੇ ਦੁਖਦੇ ਤੇ ਕਦੀ ਕਹਿੰਦੇ ਹੁੰਦੇ ਬਾਪੂ ਜੀ ਪੁਰਾਣੇ ਟਾਈਮ ਤੇ ਗੱਲਾਂ ਸੁਣਦੀਆਂ ਵੀ ਰੋਟੀ ਜ਼ਿਆਦੀ ਸੜ ਜੇ ਤੇ ਉਹਨੂੰ ਵਿਆਹ ਵਹੁਟੀ ਸੋਹਣੀ ਮਿਲਦੀ ਹੈ ਇਦਾਂ ਦੇ ਵੀ ਕੋਈ ਚੱਕਰ ਹੁੰਦੇ ਸੀ ਇਹੋ ਜਿਹਾ ਕੋਈ ਚੱਕਰ ਨਹੀਂ ਗਾ ਜੀ ਨਹੀਂ ਕਹਿੰਦੇ ਤੇ ਹੁੰਦੇ ਸੀ ਨਾ ਕਹਿੰਦੇ ਤਾਂ ਹੈਗੇ ਆ ਵੀ ਜਿੱਦਾਂ ਘਰੋੜੀ ਥੱਲੇ ਲੱਗ ਗਈ ਨਾ ਇਦਾਂ ਦੀਆਂ ਕਈ ਗੱਲਾਂ ਆ ਜਾਂਦੀਆਂ ਜਿੱਦਾਂ ਹੁਣ ਤੁਸੀਂ ਗੱਲ ਕੀਤੀ ਆ ਆਪਣੀ ਰੋਟੀ ਦੀ ਰੋਟੀ ਵਿੰਗੀ ਲਾ ਲੂ ਇੱਕ ਦਿਨ ਦੋ ਦਿਨ ਵਿੰਗੀ ਲਾ ਲੂ ਦੋ ਦਿਨ ਸਾੜ ਲੂ ਅਸਲ ਤਾਂ ਤਜਰਬਾ ਤਾਂ ਹੋ ਜੂਗਾ ਉਹਦਾ ਆਪਣੇ ਆਪ ਪਕਾਉਣੀ ਆ ਜਾਂਦੀ ਆ ਬੁਰਕੀ ਤਾਂ ਤੋੜ ਕੇ ਮੂੰਹ 'ਚ ਪਾਉਣੀ ਸਿੱਧੀ ਤਾਂ ਬੁਰਕੀ ਰੋਟੀ ਸਿੱਧੀ ਤਾਂ ਪੈਣੀ ਨੀ ਮੂੰਹ 'ਚ ਉਹ ਤਾਂ ਤੋੜ ਕੇ ਬੁਰਕੀ ਪੈਣੀ ਆ ਉਹ ਜੇ ਵਿੰਗੀ ਵੀ ਲੱਥ ਗਈ ਤਾਂ ਕਿ ਲੋੜਾ ਆ ਗਿਆ ਖਾਧੀ ਤਾਂ ਜਾਣੀ ਆ ਬਾਪੂ ਜੀ ਫਿਰ ਕਿੱਦਾਂ ਜੀ ਕੀ ਹਾਲ ਚਾਲ ਠੀਕ ਠਾਕ ਵਧੀਆ ਜੀ ਵਧੀਆ ਤੁਹਾਡਾ ਪੂਰਾ ਨਾਮ ਕੀ ਹੈ ਮਲਕੀਤ ਸਿੰਘ ਤੁਸੀਂ ਬਾਪੂ ਜੀ ਹੋਣਾਂ ਨੂੰ ਰੋਟੀ ਪਕਾ ਖਵਾਈ ਬੀਬੀ ਹੋਣਾਂ ਨੂੰ ਕਦੀ ਕਿ ਨਹੀਂ ਮੈਂ ਗੱਡੀ ਚਲਾਉਂਦਾ ਰਿਹਾ ਆਪ ਕਰਦਾ ਰਿਹਾ ਪਰ ਘਰ ਨਹੀਂ ਪਕਾਈ ਸਿੱਧੀ ਗੱਲ ਨਹੀਂ ਸਹੀ ਗੱਲ ਇਹ ਨਹੀਂ ਮਤਲਬ ਵੇਖੋ ਜੀ ਇਹ ਤਾਂ ਪਿਆਰ ਹੁੰਦਾ ਜੀਵਨ ਸਾਥੀ ਨਾਲ ਤੁਸੀਂ ਕਦੀ ਚਾਹ ਬਣਾ ਕੇ ਪਿਆਈ ਬੀਬੀ ਨੂੰ ਨਹੀਂ ਮੈਂ ਜੇ ਘਰ ਹੋਣ ਫਿਰ ਤਾਂ ਨਹੀਂ ਬਣਾਈ ਅੱਛਾ ਜੇ ਨਹੀਂ ਫਿਰ ਬਣਾ ਕੇ ਪੀ ਲੈਣੀ ਆ ਆਪ ਪੀ ਲੈਣੀ ਬੀਬੀ ਨੂੰ ਨਹੀਂ ਪਿਆਉਣੀ ਹੈ ਬੀਬੀ ਜਦੋਂ ਗਈ ਤੇ ਬੀਬੀ ਦੇ ਹੁਣ ਮਗਰ ਲੈ ਕੇ ਜਾਂਦਾ ਨਹੀਂ ਬੀਬੀ ਤੁਹਾਨੂੰ ਬਣਾ ਕੇ ਪਿਆਵੇ ਤੇ ਤੁਸੀਂ ਨਾ ਪਿਆਓ ਕਦੀ ਨਹੀਂ ਪਿਆਈਦੀ ਆ ਏਦਾਂ ਰਾਜ ਖੋਲਦੇ ਹੀ ਨਹੀਂ ਕੋਈ ਡਰਦਾ ਬੋਲਦਾ ਨੀਗਾ ਕਈ ਕੋਈ ਸੰਗ ਰੱਖਦਾ ਨੀ ਤੀਵੀ ਦੇ ਤਾਂ ਅੱਗੇ ਤੀਵੀਆਂ ਥੱਲੇ ਲਾ ਕੇ ਰਹਿੰਦੀਆਂ ਸੀ ਹੁਣ ਲੋਕ ਬੰਦਿਆਂ ਨੂੰ ਤੀਵੀ ਥੱਲੇ ਲਾ ਕੇ ਰਹਿਣਾ ਆ ਲੋ ਸੱਚ ਆ ਗਿਆ ਜੇ ਬਾਬੇ ਦਾ ਸੁਣੋ ਜਰਾ ਹੁਣ ਕੌਣ ਥੱਲੇ ਲੱਗਦਾ ਭਲਾ ਬੰਦਾ ਇਹ ਚ ਕੋਈ ਲੋਕ ਨੀਗਾ ਸ਼ੁਰੂਆਤ ਇਹਨਾਂ ਤੋਂ ਹੋਈ ਸੀ ਇਹਨਾਂ ਤੋਂ ਫਿਰ ਗਾਂਹ ਵੱਧ ਗਿਆ ਕੰਮ ਇਹਨਾਂ ਇਹਨਾਂ ਨੇ ਭਾਵੇਂ ਮਜਬੂਰੀ 'ਚ ਬੀਬੀ ਹੋਣਾਂ ਨੂੰ ਪ੍ਰਸ਼ਾਦੇ ਲਾ ਕੇ ਗਵਾਏ ਨੇ ਉਹ ਫਿਰ ਆਲੇ ਦੁਆਲੇ ਪਿੰਡ ਦੇ ਵਿੱਚ ਨਾ ਉਹ ਬਣ ਗਿਆ ਇੱਕ ਨਾਂ ਜਿਹਾ ਉਹ ਤੋਂ ਬਾਅਦ ਫਿਰ ਮੈਂ ਤੁਹਾਨੂੰ ਦੱਸਦਾ ਮੈਨੂੰ ਕਹਿੰਦੇ ਫੋਨ ਕੀਤਾ ਅੱਛਾ ਜੀ ਕੀ ਕਰਨਾ ਮੈਂ ਕਿਹਾ ਮੈਂ ਰੋਟੀਆਂ ਲਾਉਂਦਾ ਅੱਛਾ ਕਹਿੰਦਾ ਨਹੀਂ ਗਲਤ ਗੱਲ ਆ ਮੈਂ ਕਿਹਾ ਮੈਂ ਰੋਟੀਆਂ ਲਾਉਂਦਾ ਫੋਨ ਰੱਖਦਾ ਮੈਂ ਉਹ ਮਗਰ ਦੇਖਣ ਆਇਆ ਵੱਕਾ ਘਰ ਰੋਟੀ ਲਾਉਂਦਾ ਅੱਛਾ ਜਦੋਂ ਗਾੜੀ ਆਇਆ ਤਾਂ ਮੈਂ ਰੋਟੀ ਲਾਉਣ ਡਿਆ ਅੱਛਾ ਉਹ ਹੱਕਾ ਬੱਕਾ ਹੋ ਗਿਆ ਅੱਛਾ ਕਹਿੰਦਾ ਕੀ ਗੱਲ ਮੈਂ ਕਿਹਾ ਜੀਵਨ ਸਾਥੀ ਅੱਜ ਬਿਮਾਰ ਆ ਤੇ ਜੀਵਨ ਸਾਥੀ ਦਾ ਸਾਥ ਉਹਨੂੰ ਛੱਡ ਦੇਣਾ ਬਿਲਕੁਲ ਸਹੀ ਗੱਲ ਹੈ ਨਾ ਸਾਥ ਤਾਂ ਨਿਭਾਵਾਂਗੇ ਮਹਾਰਾਜ ਦੇ ਗੁਰੂ ਗ੍ਰੰਥ ਸਾਹਿਬ ਦੇ ਨਾਲ ਲਾਵਾਂ ਲਈਆਂ ਫਿਰ ਕੇ ਉਹਦਾ ਸਤਿਕਾਰ ਤਾਂ ਕਰਾਂਗੇ ਬਿਲਕੁਲ ਜੀ ਵੇਖੋ ਆਪਾਂ ਇਹ ਗੱਲ ਜ਼ਰੂਰ ਕਹਿ ਦਿੰਦੇ ਫਰਕ ਕਰਦੇ ਨੇ ਵੀ ਜਨਾਨੀ ਬੰਦੇ 'ਚ ਫਰਕ ਆ ਬੰਦਾ ਥੱਲੇ ਲੱਗ ਗਿਆ ਜਾਂ ਜਨਾਨੀ ਥੱਲੇ ਲੱਗ ਗਈ ਇੱਦਾਂ ਦਾ ਕੁਛ ਨਹੀਂ ਹੁੰਦਾ ਜਿਹਨਾਂ ਦਾ ਪਿਆਰ ਹੁੰਦਾ ਇੱਕ ਦੂਜੇ ਨਾਲ ਨਜਿੱਠ ਕੇ ਹੀ ਚੱਲਣਾ ਪੈਂਦਾ ਜਦੋਂ ਕਹਿੰਦੇ ਨਾ ਵੀ ਦੋ ਰੂਹਾਂ ਦਾ ਮੇਲ ਹੋ ਜਾਂਦਾ ਤਾਂ ਬੜਾ ਕੁਛ ਮਨਜ਼ੂਰ ਕਰਨਾ ਪੈਂਦਾ ਬਾਪੂ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਠੀਕ ਠਾਕ ਹੋ ਬਹੁਤ ਵਧੀਆ ਇਹ ਤੁਹਾਡੇ ਮਿੱਤਰ ਪਿਆਰੇ ਇਹਨਾਂ ਤੋਂ ਤੁਸੀਂ ਕੀ ਸਿੱਖਿਆ ਜ਼ਿੰਦਗੀ 'ਚ ਮੈਂ ਜੀ ਇਹ ਸਾਨੂੰ ਅੰਦੋਲਨ ਲਾਣ ਨੂੰ ਹੱਲਾ ਸ਼ੇਰੀ ਇਹਦੀ ਬਹੁਤ ਆ ਅੱਛਾ ਤੇ ਮੈਂ 2 ਮਹੀਨੇ ਪਹਿਲਾਂ ਨਿਊਜ਼ੀਲੈਂਡ ਸੀਗਾ ਉੱਥੋਂ ਆਇਆ ਅੱਛਾ ਇਹਨੇ ਕਹਿੰਦਾ ਤੂੰ ਸਾਡੇ ਨਾਲ ਚੱਲਿਆ ਕਰ ਤੈਨੂੰ ਇਹਨਾਂ ਗੱਲਾਂ ਦਾ ਪਤਾ ਲੱਗੇ ਤੇ ਇਹਦਾ ਕਰਕੇ ਫਿਰ ਅਸੀਂ ਵੀ ਇਹਨਾਂ ਜੁੜੇ ਹਾਂ ਅਤੇ ਬਾਪੂ ਜੀ ਫਿਰ ਮਤਲਬ ਤੁਸੀਂ ਇਹਨਾਂ ਦੀ ਆਵਾਜ਼ 'ਤੇ ਉੱਥੋਂ ਆਏ ਹੋ ਵਿਦੇਸ਼ੀ ਧਰਤੀ ਛੱਡ ਕੇ ਆਏ ਹੋ ਅਤੇ ਉੱਥੇ ਜਾ ਕੇ ਪੰਜਾਬ ਨੂੰ ਕਿੰਨਾ ਕੁ ਮਿਸ ਕਰਦੇ ਸੀ ਉੱਥੇ ਰਾਤ ਨੇ ਨੀਂਦ ਨਹੀਂ ਆਉਂਦੀ ਇੱਧਰ ਇੱਧਰਲਾ ਦਰਦ ਬਹੁਤ ਜਾਗਦਾ ਜੀ ਯਾਰਾਂ ਦੀ ਵੀ ਯਾਦ ਆਉਂਦੀ ਆ ਕਿਉਂਕਿ ਇੱਥੇ ਜਿੱਦਾਂ ਹੁਣ ਬੈਠੇ ਆਪਾਂ
ਉੱਥੇ ਇਸ ਤਰ੍ਹਾਂ ਦੇ ਯਰਾਨੇ ਕਹਿੰਦੇ ਬਹੁਤ ਘੱਟ ਹੁੰਦੇ ਨਹੀਂ ਰੋਜ਼ ਇੱਕ ਟਾਈਮ ਫੋਨ ਇਹਨੂੰ ਕਰਦੇ ਰਹੇ ਅੱਛਾ ਐਤਵਾਰ ਨੂੰ ਵੀ ਲਾ ਲਈਦੇ ਵੀਡੀਓ ਕਾਲ ਵੀ ਲਾ ਲੈਣੀ ਅੱਛਾ ਤੇ ਇਹ ਵੀ ਕਾਲ ਨਹੀਂ ਕਰਦਾ ਫੋਨ ਸੁਣਨ ਤੋਂ ਚੱਕਦਾ ਚੱਕਦਾ ਭਾਵੇਂ ਟਰੈਕਟਰ ਚਲਾਉਂਦਾ ਅੱਛਾ ਇਹਨਾਂ ਇਹ ਤੁਹਾਡਾ ਯਰਾਨਾ ਕਿੰਨੇ ਸਾਲ ਪੁਰਾਣਾ ਹੋ ਹੀ ਗਏ 10 ਸਾਲ ਜੀ 10 ਸਾਲ ਹੋ ਗਏ ਨੇ ਤੇ ਤੁਹਾਨੂੰ ਜਦੋਂ ਤੁਹਾਡੀ ਯਾਰੀ ਪਈ ਸੀ ਪਹਿਲੀ ਕੋਈ ਐਸੀ ਦਿਲ ਨੂੰ ਛੂਹਣ ਵਾਲੀ ਗੱਲ ਹੋਵੇ ਵੀ ਪਹਿਲਾਂ ਜੀ ਮੈਂ 14 ਤਰਨ ਤਾਰਨ ਜਾਂਦਾ ਹੁੰਦਾ ਸੀ ਅੱਛਾ ਜੀ ਤੇ ਇਹ ਇੱਥੇ ਪਿੰਡ ਫਿਰਦੇ ਹੁੰਦੇ ਮੈਂ ਵੀ ਇਹਨੂੰ ਸ਼ੁਰੂ ਕੀਤਾ ਜਾਣ ਹੁਣ ਅਸੀਂ 10 ਕੁ ਜਣੇ ਹੈਗੇ ਟੀਮ ਬਣੀ ਆ 14 ਜਾਂਦੇ ਆ ਤਰਨ ਤਾਰਨ ਉੱਥੇ ਲੰਗਰ ਲਾਉਂਦੇ ਹਾਂ ਇੱਥੋਂ ਦੁੱਧ ਦੀ ਗ੍ਰਾਹੀ ਕਰਦੇ ਹਾਂ ਆਟਾ ਖੜੀ ਦਾ ਤੇ ਉੱਥੇ ਹੁਣ ਨਵੇਂ ਗੁਰਦੁਆਰੇ ਦੇ ਸਾਰੀ ਵੀ ਸ਼ੁਰੂ ਕਰਤੀ ਆ ਅੱਛਾ ਜੀ ਤੇ ਏਦਾਂ ਬੜਾ ਮੇਲ ਮਿਲਾਪ ਹੋ ਗਿਆ ਦੇਖੋ ਜੀ ਇਹ ਜਿਹੜਾ ਯਰਾਨਾ ਹੁੰਦਾ ਨਾ ਯਰਾਨਾ ਬੜੀ ਤਰ੍ਹਾਂ ਦਾ ਹੁੰਦਾ ਯਰਾਨਾ ਮਾੜੇ ਕੰਮਾਂ 'ਚ ਵੀ ਪਾ ਦਿੰਦਾ ਯਰਾਨਾ ਚੰਗੇ ਕੰਮਾਂ 'ਚ ਵੀ ਪਾਉਂਦਾ ਵੇਖੋ ਬਾਹਰ ਗਏ ਨੇ ਰਕਮ ਲਾ ਕੇ ਪਰ ਬਾਹਰੋਂ ਮੁੜ ਕੇ ਵਾਪਸ ਆਏ ਨੇ ਕਾਹਦੇ ਕਰਕੇ ਯਾਰੀ ਕਰਕੇ ਮੈਂ ਮੋਹਤ ਗਿਆ ਸਾਡੀ ਲੜਕੀ ਉਹਨੇ ਮੈਨੂੰ ਮੰਗਾਇਆ ਸੀ ਅੱਛਾ ਤੇ ਮੈਨਾਂ ਉਹ ਵੀ ਦਿਲ ਦੀ ਗੱਲ ਨਾ ਮਤਲਬ ਫੁਗਰੀ ਨਹੀਂ ਮਾਰਨੀ ਬਾਪੂ ਹੁੰਦਾ ਤਾਂ ਮੈਂ ਮੁਫਤ ਹੀ ਗਿਆ ਹਾਂ ਆਪਣਾ ਕੋਈ ਪੈਸਾ ਨਹੀਂ ਲੱਗਾ ਉੱਥੇ ਰਹਿਸ਼ ਦਾ ਕੋਈ ਨਹੀਂ ਪੈਸਾ ਰੋਟੀ ਦਾ ਵੀ ਨਹੀਂ ਮੈਂ 6-7 ਮਹੀਨੇ ਰਿਹਾ ਵਾਂ 6-7 ਲੱਖ ਰੁਪਈਆ ਸਭ ਉੱਥੋਂ ਲਿਆਂਦਾ ਅੱਛਾ ਕਿਆ ਬਾਤ ਹੈ ਇਹ ਤਾਂ ਫਿਰ ਨਜ਼ਾਰੇ ਵਾਲੀ ਗੱਲ ਹੋ ਗਈ ਫਿਰ ਆ ਕੇ ਯਾਰਾਂ ਨੂੰ ਐਸ਼ ਕਰਾਈ ਮਾੜੀ ਮੋਟੀ ਜੀ ਉਹ ਕਹਿਣ ਦੇਈਦਾ ਇਹਨਾਂ ਦੇ ਨਾਲ ਖੜੇ ਆ ਜਿੱਦਾਂ ਮੈਂ ਕਹਿਣ ਵਾਹ ਜੀ ਵਾਹ ਅੱਛਾ ਬਾਪੂ ਜੀ ਮੈਨੂੰ ਇਹ ਦੱਸੋ ਤੁਸੀਂ ਆਪਣੇ ਟਾਈਮ ਤੇ ਕਦੀ ਹਰੇਕ ਬੰਦੇ ਨੂੰ ਗੁਣਗੁਣਾਉਣ ਦਾ ਸ਼ੌਂਕ ਹੁੰਦਾ ਕੋਈ ਕਵਿਤਾ ਗਾਉਂਦਾ ਰਹਿੰਦਾ ਕੋਈ ਪੁਰਾਣੇ ਟਾਈਮ ਦੇ ਜਿੱਦਾਂ ਕਹਿ ਲਓ ਬਹੁਤ ਚੰਗੇ ਗੀਤ ਹੁੰਦੇ ਸੀ ਪਹਿਲਾਂ ਉਹ ਗਾਉਂਦਾ ਤੁਹਾਡੇ 'ਚ ਕਿਸੇ 'ਚ ਇਹੋ ਜਿਹੀ ਕਲਾ ਰੱਖੀ ਸੀ ਆਪਣੇ ਟਾਈਮ 'ਤੇ ਜਿੱਦਾਂ ਮੈਂ ਗੱਡੀ ਚਲਾਉਂਦਾ ਰਿਹਾ ਮੈਂ ਕਿਤੇ ਇੱਦਾਂ ਦੇ ਗਾਣੇ ਗੁਣੇ ਨਹੀਂ ਲਾਏ ਮੇਰੇ ਗੱਡੀ ਦੇ ਵਿੱਚ ਕਵੀਸ਼ਰੀ ਚੱਲਦੀ ਹੁੰਦੀ ਕਵੀਸ਼ਰੀ ਜਾਂ ਕੀਰਤਨ ਜਾਂ ਕਵੀਸ਼ਰੀ ਅੱਛਾ ਜੇ ਕਿਸੇ ਡਰਾਈਵਰ ਨੇ ਕਹਿਣਾ ਵੀ ਗੱਡੀ ਉਹਦੀ 'ਚ ਜਾਣਾ ਆਰਾਮ ਕਰਨਾ ਘੜੀ ਧੋਏ ਉਹਦੇ ਕੀ ਕਰਨਾ ਉੱਥੇ ਜਾ ਕੇ ਧਾਰਮਿਕ ਰੀਲ ਵੱਜਦੀ ਹੋਣੀ ਅੱਛਾ ਉੱਥੇ ਕੀ ਕਰਨਾ ਜਦੋਂ ਚੇਚਾ ਉਹਨਾਂ ਨੇ ਕਿਸੇ ਨੇ ਸੌ ਜਾਣਾ ਤੇ ਫਿਰ ਥੋੜ੍ਹੀ ਜਿਹੀ ਜੋਸ ਵਾਲੀ ਰੀਲ ਕੱਢ ਕੇ ਲਾਉਣੀ ਜੋਗਾ ਸਿੰਘ ਜੋਗੀ ਦੀ ਹਰੀ ਸਿੰਘ ਨਲੂਏ ਦਾ ਇਤਿਹਾਸ ਲਾਉਣਾ ਸ਼ੇਰਾਂ ਦੇ ਜਿੱਦਾਂ ਚੁਬਾੜੇ ਪਾੜ ਦੇਣੇ ਫਿਰ ਸਵੇਰ ਨੂੰ ਉੱਠਦੇ ਨੇ ਕਹਿਣਾ ਯਾਰ ਆਹ ਰੀਲ ਦੇ ਦੇ ਮੈਨੂੰ ਮੈਂ ਸੁਣਨੀ ਆ ਮੈਂ ਸੁਣਨੀ ਆ ਇਸ ਕਰਕੇ ਵੀ ਇੱਦਾਂ ਦੀਆਂ ਚੀਜ਼ਾਂ ਜਿਹੜੀਆਂ ਜ਼ਿਆਦੀਆਂ ਸੁਣੀਆਂ ਹੋਈਆਂ ਵਾ ਇਸੇ ਕਰਕੇ ਸੰਘਰਸ਼ ਦਾ ਜਿਹੜਾ ਵਾ ਉਹ ਪੈਂਦਾ ਪੱਕਾ ਅੱਛਾ ਬਾਪੂ ਜੀ ਕੋਈ ਕੋਈ ਵੈਸੇ ਤੁਹਾਨੂੰ ਯਾਦ ਹੈ ਇਸ ਟਾਈਮ ਕੋਈ ਕਵਿਸ਼ਰੀ ਕੋਈ ਕਵਿਤਾ ਕੋਈ ਦੋ ਲੈਣਾ ਮਾੜੀਆਂ ਮੋਟੀਆਂ ਵੈਸੇ ਕਿਸੇ ਵੇਲੇ ਕਹਿੰਦਾ ਬੰਦਾ ਗੁਣਗੁਣਾਉਂਦਾ ਮਾੜਾ ਮੋਟਾ ਜਿਹਾ ਵੀ ਜਿਹੜੀ ਤੁਸੀਂ ਬਹੁਤ ਸੁਣਦੇ ਰਹੇ ਹੋਵੋ ਆਪਣੇ ਟਾਈਮ 'ਤੇ ਕੋਈ ਜਿਹੜੀ ਦਿਲ ਦੇ ਇੱਥੇ ਕਿ ਜੇ ਹੋਵੇ ਨੇੜੇ ਨਹੀਂ ਦਿਲ ਇੱਧਰ ਹੁੰਦਾ ਸੱਚ ਜਿੱਦਾਂ ਬਹੁਤਾ ਗਾਉਣ ਦਾ ਤਾਂ ਨਹੀਂ ਗਾ ਆਪਾਂ ਨੂੰ ਇਤਿਹਾਸ ਮੁਤਾਬਕ ਜਿੱਦਾਂ ਆਪਾਂ ਗੱਲ ਕਰ ਲੈਂਦੇ ਵੀ ਜਿੱਦਾਂ ਜੱਸਾ ਸਿੰਘ ਆਲੂ ਵਾਲੀ ਨੇ ਅਹਿਮ ਸਾਹਿਬ ਅਦਾਲੀ ਨਾਲ ਟੱਕਰ ਲਈ ਸੀਗੀ ਅਤੇ ਉਹਨਾਂ ਦੀ ਜਦੋਂ ਯੁੱਧ ਹੋਇਆ ਅਤੇ ਇੱਕ ਟੋਏ ਤੋਂ ਦੋਨਾਂ ਫੌਜਾਂ ਨੇ ਪਾਣੀ ਪੀਤਾ ਤੇ ਦੋਨੇ ਫੌਜਾਂ ਤਕਾਲਾਂ ਦੇ ਟਾਈਮ ਪਿੱਛੇ ਹਟ ਗਈਆਂ ਤੇ ਜਦੋਂ ਆਪੋ ਆਪਣੇ ਜਵਾਨਾਂ ਦੀ ਉਹ ਦੇਖਭਾਲ ਕਰਨ ਲੱਗੇ ਤੇ ਸਭ ਤੋਂ ਜ਼ਿਆਦਾ ਟੱਕ ਜੱਸਾ ਸਿੰਘ ਆਲੂ ਵਾਲੇ ਦੇ ਲੱਗੇ ਸੀ 22 ਫੁੱਟ ਤਲਵਾਰਾਂ ਦੇ ਜਿਹੜੇ ਬਾਕੀ ਨਾਲ ਹੋਰ ਸੀਗੇ ਕਿਸੇ ਦੇ 18 ਕਿਸੇ ਦੇ 12 10 ਤੋਂ ਘੱਟ ਕਿਸੇ ਦੇ ਵੀ ਨਹੀਂ ਤੇ ਉਹ ਇਤਿਹਾਸ ਮੁਤਾਬਕ ਇਹ ਆਪਣਾ ਹਰੀ ਜੱਸਾ ਸਿੰਘ ਆਲੂ ਵਾਲੀ ਆ ਅਹਿਮ ਸਾਹਿਬ ਅਦਾਲੀ ਉਹ ਪਿੱਛੇ ਮੁੜ ਗਿਆ ਅੱਛਾ ਲਾਹੌਰ ਨੂੰ ਉਹਨੂੰ ਪਤਾ ਸੀਗਾ ਇਹ ਦੀਵਾਲੀ ਵਾਲੇ ਦਿਨ ਇਕੱਠੇ ਹੁੰਦੇ ਆ ਉਹਨੇ ਉੱਥੋਂ ਫਿਰ ਹਮਲਾ ਕੀਤਾ ਤੇ ਜੱਸਾ ਸਿੰਘ ਵਾਲੇ ਨੇ 1 ਮਹੀਨੇ ਦੇ ਵਿੱਚ ਪਿਪਲੀ ਸਾਹਿਬ ਜੰਗ ਕਰਕੇ ਅੰਮ੍ਰਿਤਸਰ ਮਗਲੇ ਪਾਸੇ ਗੁਰਦੁਆਰਾ ਉੱਥੇ ਉਹਨੇ ਜੰਗ ਕਰਕੇ ਉਹਨਾਂ ਨੂੰ ਹਾਰ ਦਿੱਤੀ ਤੇ ਉਹਨਾਂ ਨੂੰ ਪਿੱਛੇ ਭਜਾਇਆ ਇਸ ਕਰਕੇ ਇਹ ਚੀਜ਼ਾਂ ਸੁਣਦੇ ਰਹਿ ਕਰਕੇ ਨਾ ਮਨ ਦੇ ਵਿੱਚ ਹੈਗਾ ਵੀ ਸਰਕਾਰਾਂ ਨਾਲ ਲੜਨਾ ਸਰਕਾਰਾਂ ਹੱਕ ਦਿੰਦੀਆਂ ਨਹੀਂ ਤੇ ਪਿੱਛੇ ਹਟਣਾ ਨਹੀਂ ਬਿਲਕੁਲ ਸਹੀ ਗੱਲ ਇੱਧਰ ਬਾਪੂ ਜੀ ਬੈਠੇ ਬੜੇ ਉਹਲੇ ਜੇ ਹੋ ਗਏ ਐ ਮੈਂ ਕਹਿੰਦਾ ਵੀ ਵਿਆਹ ਵਾਲਾ ਚਾਅ ਚੜਿਆ ਵੀ ਪਰਨਾ ਵੇਖੋ ਐ ਰੰਗ ਉਹ ਹੀ ਬੰਨਿਆ ਜਿਹੜਾ ਬੰਦਾ ਸਗਨ ਵਾਲੇ ਦਿਨ ਪੱਗ ਬੰਨਦਾ ਓਏ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਜੀ ਠੀਕ ਠਾਕ ਤੁਹਾਡਾ ਪੂਰਾ ਨਾਮ ਚਰਨਜੀਤ ਸਿੰਘ ਆਹਾ ਚੰਨੀ ਨਹੀਂ ਲਾਉਣਾ ਨਾਲ ਜੋੜਾ ਮਰਜ਼ੀ ਲਾ ਲੈ ਕਾਨੂੰਨ ਵਾਪਸ ਨਹੀਂ ਹੋਏ ਅਸੀਂ ਉਹਨਾਂ ਚ ਕੋਥੇ ਰਹੇ ਉੱਥੇ ਪੂਰੇ ਸੰਘਰਸ਼ ਲੜ ਕੇ ਫੇਰ ਵਾਪਸ ਆਏ ਆਂਟੀ ਹੋਣਾ ਦਾ ਫੋਨ ਨਹੀਂ ਆਉਂਦਾ ਆਂਟੀ ਡੈਥ ਹੋ ਗਈ ਉਹਦੀ ਉਹ ਅਟੈਕ ਹੋ ਗਿਆ ਸੀ ਮੇਰੇ ਨਿਆਣੇ ਜਿਹੜੇ ਉਹ ਨਾਨਕਿਆਂ ਦੇ ਆ ਨਾਨਕਿਆਂ ਦੇ
ਫਿਰ ਇਹਨਾਂ ਨਾਲ ਰਹਿ ਕੇ ਵਧੀਆ ਲੱਗਦਾ? ਮੈਂ ਜਦੋਂ ਇਹ ਸਾਡੇ ਆ ਮੈਂ ਜ਼ਰੂਰ ਹੋਣਾ ਤੁਹਾਨੂੰ ਇਹ ਇਹਨਾਂ ਕੋਲ ਜਿੱਦਾਂ ਇੱਕ ਵਿਸ਼ਰੀਆਂ ਸੁਣਦੇ ਜਾਂ ਇਹੋ ਜਿਹੀਆਂ ਚੀਜ਼ਾਂ ਸੁਣਦੇ ਤੁਸੀਂ ਨਾਲ ਸੁਣਦੇ ਹੁੰਦੇ ਇਹਨਾਂ ਦੇ? ਮੇਰੇ ਘਰ ਲੈ ਫਿਰ ਗਾਂ ਉਹ ਮਾਸਾ ਸੁਣਾਓ ਕਿ ਦੱਸ ਐਡੀ ਗੱਲ ਕਲਾਕਾਰ ਬੰਦਾ ਕੋਲ ਬੈਠਾ ਵੇ ਹਾਂਜੀ ਖਿੱਚ ਕੇ ਗਾਉਣੀ ਫਿਰ ਐਂ ਪਤਾ ਲੱਗਿਆ ਉਹ ਉੱਥੋਂ ਤੱਕ ਆਵਾਜ਼ ਜਾਵੇ ਪੂਰੀ ਗਏ ਚਲੋ ਜੀ ਤੇਰੇ ਖੰਡੇ ਨੇ ਜਿਨ੍ਹਾਂ ਦੇ ਮੂੰਹ ਮੋੜੇ ਤੇਰੇ ਖੰਡੇ ਨੇ ਜਿਨ੍ਹਾਂ ਦੇ ਮੂੰਹ ਮੋੜੇ ਉਹ ਹਜੇ ਵੀ ਪੈ ਲਲਕਾਰਦੇ ਨੇ ਬਾਜਾਂ ਵਾਲਿਆ ਬਾਜ ਨੂੰ ਭੇਜ ਮੁੜ ਕੇ ਤਿੱਤਰ ਹਜੇ ਵੀ ਡਾਰੀਆਂ ਮਾਰਦੇ ਨੇ ਕਲ ਯੁੱਗ ਵਿੱਚ ਮੱਚੀ ਜਦੋਂ ਕੈਦ ਦੀ ਹਨੇਰੀ ਭੇਜੇ ਦਸਵੇਂ ਅਵਤਾਰ ਦਾ ਤਾਂ ਮਿਹਰ ਹੋ ਗਈ ਤੇਰੀ ਉਹ ਕਲ ਯੁੱਗ ਵਿੱਚ ਮੱਚੀ ਜਦੋਂ ਕੈਦ ਦੀ ਹਨੇਰੀ ਭੇਜੇ ਦਸਵੇਂ ਅਵਤਾਰ ਦਾ ਤਾਂ ਮਿਹਰ ਹੋ ਗਈ ਤੇਰੀ ਉਹ ਬੱਚੇ ਨੀਆਂ 'ਚ ਚੜਾ ਕੇ ਪਿਤਾ ਦਿੱਲੀ ਦਿੱਤਾ ਵਾਰ ਸਾਰੀ ਦੁਨੀਆ ਦਾ ਦੁੱਖ ਲਿਆ ਸੀਨੇ 'ਤੇ ਤਿਹਾਰ ਉਹ ਕੌਣ ਹਿੰਦੂਆਂ ਦੀ ਸੁਣਦਾ ਪੁਕਾਰਦਾ ਧਿਆ ਤੇਰੀ ਕਿਰਪਾ ਦੁਆਰਾ ਅਵਤਾਰ ਦਾ ਧਿਆ ਤੇਰੀ ਕਿਰਪਾ ਦੁਆਰਾ ਅਵਤਾਰ ਦਾ ਧਿਆ ਵਾਹ ਜੀ ਵਾਹ ਤਾੜੀਆਂ ਬਾਂਦੀਆਂ ਬਹੁਤ ਬਹੁਤ ਹੀ ਕਮਾਲ ਅਤੇ ਹੁਣ ਆਪਾਂ ਉੱਧਰ ਕਨੇਡਾ ਵਾਲੇ ਬਾਪੂ ਜੀ ਵੱਲ ਜਾਂਦੇ ਹਾਂ ਲਓ ਜੀ ਫਿਰ ਇੱਕ ਹੋਰ ਗੀਤ ਸੁਣਾਂਗੇ ਇੱਧਰੋਂ ਮੈਂ ਮਾੜਾ ਜਿਹਾ ਇਹਨੂੰ ਘੁੰਮ ਗਿਆ ਥੋੜ੍ਹਾ ਜਿਹਾ ਹਾਂਜੀ ਸਾਹਿਬ ਜੀ ਆਉਣ ਦਿਓ ਫਿਰ ਇੱਕ ਹੋਰ ਹਾਂਜੀ ਬਲੀਦਾਨ ਵੀ ਸਾਡਾ ਆ ਅਤੇ ਗਿਆਨ ਵੀ ਸਾਡਾ ਆ ਉਹ ਬੱਤੀਆਂ ਡਿਗਰੀਆਂ ਲਿਖਣ ਵਾਲਾ ਸੰਵਿਧਾਨ ਵੀ ਸਾਡਾ ਆ ਗੁੱਸੇ ਵਿੱਚ ਆਣ ਕੇ ਊਧਮ ਤੋਂ ਗੋਲੀ ਵਿੱਚ ਪਿਸਤੌਲ ਦੇ ਪਰਦਾ ਖੜਜਾ ਅਡਵੈਰਾ ਓਏ ਬਦਲਾ ਲੈਣਾ ਅੰਮ੍ਰਿਤਸਰ ਦਾ ਬਦਲਾ ਲੈਣਾ ਅੰਮ੍ਰਿਤਸਰ ਦਾ ਜਲਿਆ ਵਾਲੇ ਬਾਗ ਜੋ ਮਾਰੇ ਕਈ ਭੈਣਾਂ ਦੇ ਪੁੱਤਰ ਕਈ ਭੈਣਾਂ ਦੇ ਵੀਰ ਪਿਆਰੇ ਲਾਸ਼ਾਂ ਦੇ ਢੇਰਾਂ ਨੂੰ ਵੇਖ ਕੇ ਹੜ ਹੜ ਕਰਦਾ ਖੜਜਾ ਅਡਵੈਰਾ ਓਏ ਬਦਲਾ ਲੈਣਾ ਅੰਮ੍ਰਿਤਸਰ ਦਾ ਬਦਲਾ ਲੈਣਾ ਅੰਮ੍ਰਿਤਸਰ ਦਾ ਉਹ ਹੁੰਦਾ ਅੰਗਰੇਜ਼ਾਂ ਦਾ ਚਿੱਟੀ ਚਮੜੀ 'ਚ ਦਿਲ ਕਾਲਾ ਅੱਜ ਵੈਰੀਆ ਮਾਰਨਾ ਹੋਏ ਦੂਜੇ ਤਾਈਂ ਸਿਖਾਲਾ ਤੂੰ ਵੇਖ ਕੇ ਹੜ ਹੜ ਕਰਦਾ ਖੜਜਾ ਅਡਵੈਰਾ ਹੋਏ ਬਦਲਾ ਲੈਣਾ ਅੰਮ੍ਰਿਤਸਰ ਦਾ ਬਦਲਾ ਲੈਣਾ ਅੰਮ੍ਰਿਤਸਰ ਦਾ ਅੱਜ ਮਾਰ ਕੇ ਵੈਰੀਆ ਵੇ ਤੈਨੂੰ ਸੁੱਖ ਦੀ ਨੀਂਦਰ ਸੋਣਾ ਹੁਣ ਕਿਉਂ ਮੇਜਾਂ ਥੱਲੇ ਵੜਦਾ ਖੜਜਾ ਅਡਵੈਰਾ ਵੇ ਬਦਲਾ ਲੈਣਾ ਅੰਮ੍ਰਿਤਸਰ ਦਾ ਬਦਲਾ ਲੈਣਾ ਅੰਮ੍ਰਿਤਸਰ ਦਾ ਵਾਹ ਜੀ ਵਾਹ ਕਿਆ ਬਾਤ ਬਹੁਤ ਹੀ ਖੂਬਸੂਰਤ ਕਿਉਂਕਿ ਜਦੋਂ ਇਤਿਹਾਸ ਗਾਇਆ ਜਾਂਦਾ ਨਾ ਤਾਂ ਜੋਸ਼ ਅੰਦਰ ਬਹੁਤ ਪੈਦਾ ਹੁੰਦਾ ਇੱਧਰ ਸਾਡੇ ਕੋਲ ਬਾਪੂ ਜੀ ਬੈਠੇ ਨੇ ਕਨੇਡਾ ਵਾਲੇ ਅਤੇ ਕਨੇਡਾ ਵਾਲਿਆਂ ਨਾਲ ਗੱਲਬਾਤ ਕਰਾਂਗੇ ਬਾਪੂ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਠੀਕ ਠਾਕ ਖਾਲਸਾ ਵਾਹਿਗੁਰੂ ਫਤਿਹ ਜੀ ਚੜ੍ਹਦੀ ਕਲਾ ਚੜ੍ਹਦੀ ਕਲਾ ਗੁਰਸਿੱਖ ਚੜ੍ਹਦੀ ਕਲਾ ਜੀ ਹੁੰਦੇ ਬਿਲਕੁਲ ਬਿਲਕੁਲ ਹੋਰ ਬਾਪੂ ਜੀ ਕਿਵੇਂ ਜੀ ਫਿਰ ਕਨੇਡਾ ਦੀ ਜ਼ਿੰਦਗੀ ਅਤੇ ਪੰਜਾਬ ਦੀ ਜ਼ਿੰਦਗੀ ਬਹੁਤ ਫਰਕ ਆ ਕਨੇਡਾ ਦੀ ਜ਼ਿੰਦਗੀ ਆ ਉੱਥੇ ਜਵਾਨੋ ਕੰਟਰੋਲ ਆ ਕਾਨੂੰਨ ਦਾ ਰਾਜ ਹੋਰ ਕੁਛ ਨਹੀਂ ਗਾ ਤੇ ਇੱਥੇ ਜਿਹੜਾ ਪਿਆ ਮਾਨ ਸਰਕਾਰ ਉਹ ਇੱਥੇ ਆ ਆਹ ਸੱਥਾਂ ਉੱਥੇ ਹੈ ਨਹੀਂ ਗੀਆਂ ਆਹ ਮਾਨ ਸਰਕਾਰ ਨਹੀਂ ਉਹ ਮਸ਼ੀਨਰੀ ਆ ਕੰਮ ਕਰੋ ਰੋਟੀ ਖਾਓ ਨਜ਼ਾਰੇ ਰਹੋ ਆਹ ਜਿਹੜਾ ਪਿਆਰ ਸਤਿਕਾਰ ਆ ਅਸੀਂ ਇੱਕ ਦੂਜੇ ਨੂੰ ਤੇ ਪਿਆਰ ਦਿੰਦੇ ਹਾਂ ਸੱਥਾਂ 'ਚ ਸਾਡੇ ਮੁੱਢ ਕਦੀਮੀ ਹੱਡਾਂ 'ਚ ਵਸਿਆ ਇਹ ਗੱਲਾਂ ਉੱਥੇ ਨਹੀਂ ਗੀਆਂ ਆਪਾਂ ਨੂੰ ਲੱਭਦੀਆਂ ਆਹ ਮਾਨ ਸਰਕਾਰ ਇੱਥੇ ਹੀ ਆ ਸਾਨੂੰ ਜਦੋਂ ਇਕੱਠੇ ਹੁੰਦੇ ਹਾਂ ਬਹੁਤ ਦਿਲ ਖੁਸ਼ ਹੁੰਦਾ ਵਾ ਇੱਕ ਦੂਜੇ ਨੂੰ ਦੁੱਖ ਸੁੱਖ ਕਰਦੇ ਹਾਂ ਅਤੇ ਬਾਕੀ ਇਹ ਆ ਵੀ ਜਿੱਦਾਂ ਜਨਾਨੀ ਨੂੰ ਹੈ ਨਾ ਪੇਕਿਆਂ ਦਾ ਹੀ ਦਰਦ ਮਾਰੀ ਜਾਂਦਾ ਭਾਵੇਂ ਕਿੱਡੀ ਅਮੀਰ ਹੋ ਜੇ ਉੱਥੇ ਕਿੱਡਾ ਅਮੀਰ ਹੋ ਜਾਈਏ ਕਿੰਨੀਆਂ ਸੁੱਖ ਸਹੂਲਤਾਂ ਮੇਰੇ ਕੋਲ ਗੱਡੀ ਮੈਂ ਮੁੰਡਿਆਂ ਦਿੱਤੀ ਆ ਸਿਰਫ ਨਵੀਂ ਪਰ ਉਹ ਪੰਜਾਬ ਦਾ ਦਰਦ ਹੀ ਸਾਨੂੰ ਇੱਥੇ ਦਾ ਦਰਦ ਹੀ ਦੁਖੀ ਆ ਸਾਨੂੰ ਕੋਈ ਨੌਕਰੀ ਨਿਆਣਿਆਂ ਨੂੰ ਕੋਈ ਇੱਥੇ ਹੈ ਨਹੀਂ ਉਹ ਅਸੀਂ ਭੱਜੀ ਆਉਂਦੇ ਸਾਡੀ ਰੂਹ ਇੱਥੇ ਆ ਜਿੱਦਾਂ ਕਹਿੰਦੇ ਜਨਾਨੀ ਨੂੰ ਪੇਕਿਆਂ ਦਾ ਦਰਦ ਮਾਰਦਾ ਅਤੇ ਕਨੇਡਾ ਗਏ ਪੰਜਾਬੀਆਂ ਨੂੰ ਪੰਜਾਬ ਦਾ ਦਰਦ ਮਾਰਦਾ ਬਾਕੀ ਉੱਥੇ ਗੱਲਾਂ ਕਰਦੇ ਹੁੰਦੇ ਆ ਬਈ ਛੱਪੜ 'ਚੋਂ ਮੱਝ ਕਰਨੀ ਕਨੇਡਾ ਦੇ ਜਨਾਨੀ ਕਰਨੀ ਬਹੁਤ ਔਖੀ ਆ ਬੀਬੀ ਨਾ ਸੁਣ ਲੈ ਉਹ ਸੁਣ ਲੈਣਾ ਉਹਨਾਂ ਹੁਣ ਉੱਥੇ ਰਾਤ ਦੇ ਸਿਰ ਨੂੰ ਸੁਣ ਲੈਣਗੇ ਇਹ ਆ ਵੀ ਉੱਥੇ ਨਾ ਇੱਥੇ ਬੰਦੇ ਦਾ ਰਾਜ ਆ ਉੱਥੇ ਜਨਾਨੀ ਦਾ ਰਾਜ ਆ ਇੱਧਰ ਖੱਬੇ ਉੱਥੇ ਸੱਜੇ ਸਾਰੇ ਕੰਮ ਉੱਥੇ ਉਲਟੇ ਆ ਹੈਂ ਇੱਥੇ ਗੁੰਡਾਗਰਦੀ ਦੇ ਕਾਨੂੰਨ ਦਾ ਰਾਜ ਆ ਉੱਥੇ ਇੱਥੇ ਬਿਹਤਰ ਜਨਾਨੀਆਂ ਇਕੱਠੇ ਕਰਦੀਆਂ ਉੱਥੇ ਸਿਰ ਉੱਠ ਕੇ ਮੈਨੂੰ ਕਰਨੇ ਪੈਂਦੇ ਆ ਉਹ ਕਹਿੰਦੀ ਅਸੀਂ ਕੰਮ ਕਰਦੀ ਹੈ ਤੁਸੀਂ ਚਾਹ ਬਣਾ ਲਓ ਕਿਵੇਂ ਬਣਾਉਣੀ ਪੈਂਦੀ ਆ ਨਹੀਂ ਪਰ ਇੱਧਰ ਆਓ ਬਾਪੂ ਜੀ ਇੱਧਰ ਸਾਡੇ ਕੋਲ ਸਿੰਘ ਸਾਹਿਬ ਬੈਠੇ ਨੇ ਇਹਦੇ ਇਹਦੇ ਇਸੇ
ਇੰਡੀਆ 'ਚ ਬਹਿ ਗਈ ਸੇਵਾ ਬੜੀ ਕਰਨ ਡੇ ਆਪਣੀ ਘਰ ਵਾਲੀ ਦੀ ਕਰਨੀ ਪੈਂਦੀ ਆ ਕਰਨੀ ਪੈਂਦੀ ਕੁੱਟ ਖਾਣੀ ਆ ਉੱਥੇ ਤੇ ਬਾਪੂ ਨੂੰ ਕਹਿੰਦੇ ਚੱਲ ਬਾਪੂ ਭੱਜਾ ਇੱਥੋਂ ਇਹ ਜੀ ਗੱਲ ਨਹੀਂ ਉੱਥੇ ਕੋਈ ਲਿਓ ਲਿਆਜ ਦੀਗਾ ਇਹ ਕਿਰਤ ਆ ਉੱਥੇ ਹੱਸ ਲਿਆ ਚਲੋ ਜਿਹੜੀ ਦਹਾਨਾਂ ਦੀ ਕਿਰਤ ਆ ਨਾ ਆਪਾਂ ਅੱਗੇ ਇੱਥੇ ਕਰਦੇ ਸੀ ਉੱਧਰ ਚਲੇ ਗਈ ਆ ਉੱਧਰ ਤੀਆਂ ਚਲੇ ਗਈਆਂ ਭੰਗੜੇ ਤੀਆਂ ਬੋਲੀਆਂ ਸਭ ਉੱਥੇ ਹੀ ਆ ਬਾਕੀ ਉੱਥੇ ਬੰਦੇ ਦੀ ਸੁਣਵਾਈ ਆ ਮੈਂ ਰੇਡੀਓ ਨੂੰ ਫੋਨ ਲਾਉਂਦਾ ਰਹਿੰਦਾ ਮੈਂ ਨਾ ਇੱਕ ਵਾਰ ਉੱਥੇ ਗੱਲ ਕਰਦਾ ਮੈਂ ਰੇਡੀਓ ਸਰੀ ਫੋਨ ਲਾਇਆ ਉਹ ਗੱਲਾਂ ਚੱਲਦੀਆਂ ਸੀ ਮੈਂ ਤੈਨੂੰ ਚੁਟਕਲਾ ਸੁਣਾਉਂਦਾ ਵਾਂ ਮੈਂ ਕਿਹਾ ਉਹ ਆਹਦੇ ਵੀ ਇਹਨਾਂ ਦਾ ਨਾ ਦੋ ਪਾਰਟੀਆਂ ਦਾ ਮਾਂਡਾ ਕਿੱਦਾਂ ਮਾਂਜਿਆ ਗਿਆ ਉਹ ਮੈਂ ਗੱਲ ਸੁਣਾਈ ਫਿਰ ਉੱਥੇ ਇੱਕ ਬਰਾੜ ਸੀ ਮੈਂ ਕਿਹਾ ਮੈਂ ਤੁਹਾਨੂੰ ਗੱਲ ਦੱਸਦਾ ਇਹਨਾਂ ਦਾ ਬਾਟਾ ਕਿੱਦਾਂ ਸਾਫ਼ ਹੋਇਆ ਮੈਂ ਕਿਹਾ ਸਾਡਾ ਪਿੰਡ ਦਰਿਆ ਦੇ ਕੰਢੇ ਇੱਕ ਜਨਾਨੀ ਦਰਿਆ 'ਚ ਪੈ ਗਈ ਮੈਂ ਚੁਟਕਲਾ ਸੁਣਾਇਆ ਮੈਂ ਕਿਹਾ ਉਹ ਨਾ ਦਰਿਆ 'ਚ ਪੈ ਗਈ ਸਿਰ ਨੂੰ ਸਾਡਾ ਪਿੰਡ ਲੱਭਣ ਗਿਆ ਉਹ ਐਨੂੰ ਲੱਭਣ ਐਨੂੰ ਪਹਾੜ ਵੱਲ ਨੂੰ ਪਰ ਥਾਲ ਨੂੰ ਵੀ ਇਹ ਐਨੂੰ ਗੋਂਦਵਾਲ ਵੱਲ ਨੂੰ ਵੀ ਐਨੂੰ ਗਈ ਹੋਣੀ ਜਿੱਧਰ ਪਾਣੀ ਰੁੜਦਾ ਉਹਦੇ ਘਰਦਾਂ ਦਾ ਉਹ ਪਿਓ ਉਹ ਇੱਧਰ ਲੱਭੋ ਚੜ੍ਹਦੇ ਵੱਲ ਪਹਾੜ ਵੱਲ ਉਹ ਆਂਹਦੇ ਯਾਰ ਪਾਣੀ ਐਨੂੰ ਜਾਂਦਾ ਹੈ ਤੇ ਤੂੰ ਆਹ ਨਾ ਐਨੂੰ ਐਨੂੰ ਕਿੱਦਾਂ ਰੁੜ ਗਈ ਉਹ ਆਂਹਦਾ ਉਹ 20 ਸਾਲ ਹੋ ਗਏ ਭਰਾਵਾ ਉਹ ਪੁੱਠੇ ਬੰਨੇ ਜਾਂਦੀ ਸੀ ਬਥੇਰਾ ਸਮਝਾਉਂਦੇ ਰਹੇ ਆ ਉਹ ਬੜਾ ਸਾਬਿਆ ਮੈਂ ਕਿਹਾ ਇਹਨਾਂ ਨੂੰ ਮੈਂ ਨਾ ਰਿਹਾ ਇਹਨਾਂ ਦੇ ਇਹਨਾਂ ਨੂੰ ਬੜਾ ਸਮਝਾਉਂਦੇ ਰਹੇ ਪੁੱਠੇ ਬੰਨੇ ਗਏ ਉਹ ਤਾਂ ਬਾਟਾ ਲੋਕਾਂ ਨੇ ਸਾਫ਼ ਕੀਤਾ ਇੱਧਰ ਉੱਥੇ ਛੂਰੇ ਕਰਦੇ ਰਹੀਦਾ ਵਾ ਬਾਪੂ ਜੀ ਆਹਦੇ ਵੀ ਪੁੱਠੇ ਪਾਸੇ ਰੁੜ ਗਏ ਸ਼ੁਰੂ ਤੋਂ ਪੁੱਠੇ ਪਾਸੇ ਚੱਲਦੇ ਸੀ ਪੁੱਠੇ ਬੰਨੇ ਆ ਇਹ ਆ ਵੀ ਉੱਥੇ ਇੱਦਾਂ ਰਾਤ ਨੂੰ ਮੇਰੀ ਡਿਊਟੀ ਹੁੰਦੀ ਸਕਿਉਰਟੀ ਗਾਰਡ ਦੀ ਆਹੋ ਉਹ ਲੱਭ ਗਈ ਦਰਦ ਜਾਗ ਗਿਆ ਮਾੜਾ ਜਿਹਾ ਨਹੀਂ ਬਾਬੂ ਜੀ ਸਾਡੇ ਪਿੰਡ ਦੀ ਨੀ ਨਾ ਤੇ ਉਹਨੂੰ ਬੜੀ ਜ਼ਿਆਦਾ ਪਤਾ ਮਿਲ ਰਿਹਾ ਉਹ ਨਹੀਂ ਨਹੀਂ ਉਹਨੂੰ ਪਤਾ ਇਹ ਗੱਲ ਉਹਨੂੰ ਮੈਂ ਇਹੋ ਗਿਆ ਮੈਂ ਕਿਹਾ ਕਹਿ ਰਹੇ ਤੁਸੀਂ ਪੁੱਠੇ ਬੰਨੇ ਲੱਭ ਗਈ ਲੱਭ ਗਈ ਲੱਭ ਗਈ ਪੁੱਠੇ ਪਾਸੇ ਲੱਭੀ ਪੁੱਠੇ ਪਾਸੇ ਚੜ੍ਹਦੇ ਪਾਣੀ ਉਹ ਲੱਭੀ ਹੋਵੇ ਲੱਭ ਗਈ ਲਓ ਜੀ ਵੇਖੋ ਇੱਦਾਂ ਹਾਸਾ ਮਜ਼ਾਕ ਤੇ ਚੱਲਦਾ ਰਹਿੰਦਾ ਇੱਧਰ ਬਾਪੂ ਜੀ ਹੋਣਾ ਨੇ ਬਹੁਤ ਘੈਂਟ ਤਜਰਬੇ ਸਾਂਝੇ ਕੀਤੇ ਅੱਜ ਬਾਪੂ ਜੀ ਤੁਸੀਂ ਵੀ ਕਦੀ ਬੀਬੀ ਨੂੰ ਪਿਆਰ ਨਾਲ ਰੋਟੀ ਲਾ ਖਵਾਈ ਕਦੀ ਰੋਟੀ ਨੇ ਮੇਰੇ ਨੇ ਮਾਪੇ ਮਰ ਗਏ ਮੈਂ ਘਰੇ ਇੱਥੇ 200 ਰੋਟੀ ਪੱਕੀ ਸੀ ਫਿਰ ਮੈਂ 2 ਵਾਰ ਆ ਗਿਆ ਮੈਂ 2 ਵਾਰ ਕੁੱਕਾਂ 'ਚ ਗਿਆ ਲਾਂਗਰੀਆਂ 'ਚ ਪਰ ਹੁਣ ਇਹ ਆ ਨਵਾਂ ਘਰ ਮੈਂ ਕਰਦਾ ਹੁੰਦਾ ਮੈਂ ਨਾ ਮਹਾਰਾਜ ਜੀ ਐਡੀ ਕਿਰਪਾ 6-7 ਜਨਾਨੀਆਂ ਤੇ ਹੁਣ ਲੋੜ ਹੀ ਨਹੀਂ ਉਹ ਡੈਡੀ ਜੀ ਹੁੰਦੀ ਫਿਰਦੀ ਆ ਤੂੰ ਆਪੇ ਪੋਤੀਆਂ ਵੀ ਆ ਜਵਾਨ ਤੇ ਨੌਂ ਵੀ ਆ ਕਦੀ ਮੌਕਾ ਮਿਲਿਆ ਕਦੀ ਪਿਆਰ ਨਾਲ ਆਂਟੀ ਨੂੰ ਚਾਹ ਬਣਾ ਕੇ ਪਿਆਈ ਹੱਦ ਹੋ ਗਈ ਆ ਮੈਂ 2-3 ਵਾਰ ਫੋਨ ਆਉਂਦਾ ਇੱਕ ਦੂਜੇ ਨੂੰ ਇਹ ਕਰਦੇ ਰਹੀਦਾ ਸਾਡਾ ਪਿਆਰ ਬੜਾ ਮੈਂ ਕਹਿੰਦਾ ਨਾ ਮੈਨੂੰ ਮੁੰਡਿਆ ਮਾਂਡਿਆ ਕੋਈ ਦੁੱਖ ਨਹੀਂ ਗਾ ਆਪਣੀ ਕਰ ਖਾਣ ਤੇ ਹੁਣ ਤੂੰ ਰਹਿ ਪਈ ਆ ਮਹੀਨਾ ਅੱਗਾ ਮੈਂ ਨਾਲ ਹੀ ਲਿਆ ਕਰਾਂ ਨਾਲ ਹੀ ਲੈ ਜਾ ਕਰੀ ਬਸ ਮੈਂ ਨਹੀਂ ਛੱਡਣੀ ਇਹ ਆਵੇ ਪਿਆਰ ਆਂਦੇ ਜੇ ਇੱਕ ਵਾਰੀ ਜੇ ਪਿਆਰ ਪੈ ਗਿਆ ਨਾ ਇਸ ਉਮਰ 'ਚ ਜਾਣੀ ਨਾ ਪਿਆਰ ਪਾ ਕੇ ਰੱਖੋ ਛੁੱਟ ਜੇ ਤੇ ਮੁੜਕੇ ਮਿਲਦੀ ਨਹੀਂ ਲੱਭਣੀ ਕਿੱਥੋਂ ਆ ਤੈਨੂੰ ਦੱਸਿਆ ਤੇ ਛੱਪੜ 'ਚੋਂ ਮੱਝ ਕੱਢਣੀ ਕੈਨੇਡਾ 'ਚੋਂ ਜਨਾਨੀ ਕੱਢਣੀ ਬਹੁਤ ਔਖੀ ਆ ਨਾਲ ਲਾ ਕੇ ਰੱਖਣਾ ਪੈਂਦਾ ਲਾਉਣਾ ਪੈਂਦਾ ਪੂਰਾ ਕੇ ਪਿਆਰ ਸਤਿਕਾਰ ਸਿਰਫ ਇੱਕ ਤਵਾਕ ਦੀ ਲੋੜ ਆ ਜਿਹਨਾਂ ਉਹ ਬਗਾਨੀ ਨਹੀਂ ਆਪਦਾ ਘਰ ਛੱਡ ਕੇ ਆਈ ਹੁੰਦੀ ਅਸੀਂ ਬਗਾਨੀ ਬਣਾਤਾ ਉਹਨੂੰ ਅਸੀਂ ਬਗਾਨੀ ਬਣਾਤਾ ਪਰ ਉਹ ਬਗਾਨਾ ਘਰ ਛੱਡ ਕੇ ਆਈ ਹੁੰਦੀ ਆ ਮੈਂ ਆਪਣੀ ਜਿੱਦਾਂ ਗੱਲ ਤੁਹਾਨੂੰ ਦੱਸੀ ਸੱਚੀ ਦੱਸੀ ਸੀਗੀ ਦੇਖੋ ਕੰਮ ਹੀ ਸੀਗੀ ਜਿੱਦਣ ਆਈ ਆ ਜੇ ਮੇਰੇ ਘਰ ਆ ਕੇ ਉਹਦੇ ਗੋਡੇ ਦੁਖਣ ਲੱਗ ਪਏ ਤੇ ਮੈਂ ਇਹ ਸੁਣੋ ਵੀ ਉਹਨੂੰ ਘਰੋਂ ਕੱਢ ਦੂੰਗਾ ਬਿਲਕੁਲ ਸਹੀ ਗੱਲ ਮੈਂ ਆਪਾਂ ਉਹਦੀ ਸੇਵਾ ਕੀਤੀ ਜੇ ਘੱਟੋ ਘੱਟ 6-7 ਸਾਲ ਹੁਣ ਗੋਡੇ ਪਾਏ ਹੋਏ ਮਾਲਕ ਦੀ ਐਡੀ ਕਿਰਪਾ ਆਪ ਰੋਟੀ ਪਾਣੀ ਲਾਉਂਦੀ ਆਪ ਸਭ ਕੁਝ ਕਰਦੀ ਅੱਗੇ ਪਿੱਛੇ ਤੁਰੇ ਫਿਰਦੇ ਹੁਣ ਮੈਂ ਕਹਿੰਦਾ ਕਹਿ ਨਹੀਂ ਸਕਦੇ ਤੁਹਾਨੂੰ ਜਿੰਨੀ ਉਹਦੀ ਸੇਵਾ ਕੀਤੀ ਉਹ ਦੁੱਗਣੀ ਕਰਦੀ ਪਈ ਸੇਵਾ ਨਹੀਂ ਇਹ ਇਹਦੇ ਰਾਹੀਂ ਬਾਪੂ ਜੀ ਤੁਸੀਂ ਕੀ ਇੱਕ ਸੁਨੇਹਾ ਹੁੰਦਾ ਨਾ ਜਿੱਦਾਂ ਅੱਜ ਕੱਲ੍ਹ ਵਿਆਹ ਬਾਅਦ 'ਚ ਹੁੰਦਾ ਤਲਾਕ ਦੇ ਪੇਪਰ ਪਹਿਲਾਂ ਹੀ ਸਾਈਨ ਹੋ ਜਾਂਦੇ ਨੇ ਮੈਂ ਕਹਿੰਦਾ ਜੀ ਪੁੱਛੋ ਹੀ ਨਾ ਇਹ ਗੱਲ ਤਾਂ ਉਹ ਤੇ ਭੂਤਣੇ ਨੱਚਦੇ ਆ ਵਿਆਹ 'ਚ ਵੀ ਭੂਤਣੇ ਨੱਚਦੇ ਆ ਉਦੋਂ ਸਾਡੇ ਵਿਆਹਾਂ ਦੇ ਵਿੱਚ ਭੂਤਣੇ ਨਹੀਂ ਨੱਚਦੇ ਉਦੋਂ ਫੇਰਿਆਂ 'ਤੇ ਕਵਿਤਾ ਪੜ੍ਹੀਆਂ ਜਾਂਦੀਆਂ ਸੀ ਸਿੱਖਿਆ ਪੜ੍ਹੀ ਜਾਂਦੀ ਸੀ ਹੁਣ 5 ਬੰਦੇ ਫੇਰਿਆਂ 'ਤੇ ਹੁੰਦੇ 5 ਉੱਧਰ ਹੁੰਦੇ ਆ ਅਤੇ ਪੈਲਸ ਦੇ ਵਿੱਚ ਡਾਂਸ ਹੁੰਦਾ ਹੁੰਦਾ ਉਹ ਭੂਤੜੇ ਨੱਚਣੇ ਭੂਤੜੇ ਨੱਚਦੇ ਘਰ ਨੂੰ ਆ ਜਾਂਦੇ ਆ ਉਹ ਘਰ ਆ ਕੇ ਨੱਚਦੇ ਰਹਿੰਦੇ ਆ ਉਹ ਤੁਹਾਡੀ ਗੱਲ ਹੁਣ ਤਲਾਕ ਤੇ ਪਹਿਲੀ ਰਾਤ ਹੀ ਤਿਆਰ ਹੀ ਹੁੰਦਾ ਵਾ ਵੀ ਤੂੰ ਨਹੀਂ ਤੇ ਮੈਂ ਫਿਰ ਮੈਂ ਵੀ ਨਹੀਂ ਇਹ ਸੱਚੀਆਂ ਗੱਲਾਂ ਤੁਹਾਡੀਆਂ ਬਾਬੂ ਜੀ ਆਪਣੀ ਜ਼ਿੰਦਗੀ ਦੇ ਤਜਰਬੇ 'ਚੋਂ ਜੇ ਆਪਾਂ ਤੁਹਾਡੇ ਤਾਂ ਬੱਚਿਆਂ ਵਾਂਗ ਹੀ ਨੇ ਨੌਜਵਾਨ ਕੀ ਸੁਨੇਹਾ ਦੇਣਾ ਚਾਹੋਗੇ ਸਭ ਨੂੰ ਵੀ ਕਿਸ ਤਰੀਕੇ ਨਾਲ ਰਿਹਾ ਜਾਵੇ ਜਿੱਦਾਂ ਤੁਸੀਂ ਬੜੀ ਸੋਹਣੀ ਗੱਲ ਕੀਤੀ ਕਿ ਜੇ ਘਰ ਆਈ ਨੂੰ ਕੁਛ ਹੋ ਗਿਆ ਤਾਂ ਆਪਾਂ ਉਹਨੂੰ ਛੱਡ ਥੋੜ੍ਹੀ ਦੇਣਾ
ਆਪਾਂ ਉਹਨੂੰ ਭੇਜ ਥੋੜ੍ਹੀ ਦੇਣਾ, ਆਪਾਂ ਹੀ ਆ ਨਾ ਉਹਦੇ, ਜੇ ਅਗਲੀ ਪਰਿਵਾਰ ਛੱਡ ਕੇ ਆ ਸਕਦੀ ਹੈ ਤਾਂ ਕੀ ਗੱਲ, ਮੁੰਡਾ ਨਹੀਂ ਉਹਦੇ ਲਈ ਕੁਛ ਕਰ ਸਕਦਾ? ਦੇਖੋ ਜੀ, ਜਦੋਂ ਉਹ ਸਾਰਾ ਕੁਛ ਕਰ ਸਕਦੀ ਆ, ਮੁੰਡੇ ਨੂੰ ਇੱਕ ਆਪਣਾ ਹੰਕਾਰ ਹੀ ਰਹਿੰਦਾ ਵਾ, ਮੇਰੀ ਤੀਵੀਂ ਆ, ਮੇਰੇ ਘਰ ਰਹਿਣੇ ਆ, ਮੇਰੇ ਭਾਂਡੇ ਜੂਠੇ ਮਾਂਜੇ, ਮੇਰਾ ਆਹ ਕਰੇ, ਆਕੜ ਜ਼ਿਆਦੀ, ਕੰਮ ਥੋੜ੍ਹਾ। ਅੱਜ ਕੱਲ੍ਹ ਦੇ ਫੁਕਰੇ ਮੁੰਡਿਆਂ 'ਚ ਜ਼ਿਆਦਾ ਇਹੋ ਕੁਛ, ਜਿਹੜੇ ਸਮਝਦਾਰ ਮੁੰਡੇ ਆ ਉਹ ਆਕੜ ਵੀ ਘੱਟ ਰੱਖਦੇ ਆ ਅਤੇ ਨਾਲ ਹਾਂ ਨਾ ਹਾਂ ਵੀ ਰਲਾ ਕੇ ਰੱਖਦੇ। ਬਿਲਕੁਲ, ਇਹ ਜਿਹੜੀ ਹਾਂ ਨਾ ਹਾਂ ਵਾ, ਇਹੋ ਤਫਾਕ ਆ ਅਤੇ ਇਹੋ ਹੀ ਨਿਭਦਾ ਵਾ। ਬਿਲਕੁਲ ਸਹੀ ਗੱਲ। ਹਾਂਜੀ ਬਾਪੂ ਜੀ, ਤੁਸੀਂ ਕੀ ਕਹਿਣਾ ਚਾਹੋਗੇ ਇਸ ਗੱਲ 'ਤੇ? ਇਹ ਆ ਵੀ ਜਿਹੜੀ ਹੁਣ ਜਨਾਨੀ ਕਿਸੇ ਨੂੰ ਘਰ ਛੱਡ ਕੇ ਆਉਂਦੀ ਆ, ਸਰਦਾਰ ਜੀ ਕਿਸੇ ਨੂੰ ਕੱਟੀ ਦੇ ਦਿਓ, ਇਹ ਕਟੂਰ ਦੇ ਦਿਓ, ਰਾਤ ਨੂੰ ਚੇਤਾ ਆਉਂਦਾ ਯਾਰ ਉਹਨੂੰ ਫਰੀ ਦਿੱਤਾ, ਉਹ ਆਪਣੇ ਘਰ ਛੱਡ ਕੇ ਆਉਂਦੀ ਆ, ਉਹ ਆਪਣਾ ਖਰਿਆ ਕਿੱਦਾਂ ਵਿਚਾਰੀ ਸੈੱਟ ਕਰਦੀ ਮਨ ਨੂੰ, ਹੈ ਨਾ। ਇਹ ਜੀਵਨ ਸਾਥੀ ਆ ਮਿੱਤਰਾ, ਇਹ ਜੀਵਨ ਦਾ ਸਾਥ ਆ, ਇਹ ਨਹੀਂ ਵੀ ਕੋਈ ਵਪਾਰ ਆ। ਜੇ ਤੁਸੀਂ ਜੀਵਨ ਸਾਥੀ ਸਮਝੋਗੇ ਕਦੀ ਦਫੇੜ ਨਹੀਂ ਪੈਣੀ। ਇਹ ਜਿਹੜੇ ਤਲਾਕ ਹੁੰਦੇ ਆ ਇਹ ਜ਼ਿਆਦਾ 95% ਲਵ ਮੈਰਿਜ ਦੇ ਹੁੰਦੇ ਆ, ਉਹ ਪਹਿਲਾਂ ਸੱਜ ਬਾਗ ਜ਼ਿਆਦਾ ਦਿਖਾਲ ਦੇਣੇ, ਬਹੁਤ ਉੱਚੀ ਚੰਦਰਮਾ 'ਤੇ ਲੈ ਜਾਣਾ, ਮੁੜ ਕੇ ਜਦੋਂ ਵਿਆਹ ਹੋਣਾ 5-7 ਦਿਨ ਜ਼ਮੀਨ 'ਤੇ ਆਉਣਾ, ਕੱਖ ਹੋਣਾ ਹੋਣਾ, ਉਹ ਆਰੀ ਮੈਨੂੰ ਉਹ ਦਿਖਾਲਦਾ ਸੀ, ਆਹ ਦਿਖਾਲਦਾ ਹੁਣ, ਉਹ ਆਹ ਹੈ ਹੀ ਕੁਛ ਨਹੀਂ, ਤਾਂ ਇਹੋ ਹੀ ਕੁਛ ਹੋਇਆ ਉਹ, ਫਿਰ ਤਾਂ ਫਿਰ ਕਰਕੇ ਨਾ ਉਹ ਓਵਰ ਕੌਨਫੀਡੈਂਸ ਹੋ ਜਾਂਦਾ ਵਾ, ਉਹਨਾਂ ਦੀ ਛਾਵਾਂ ਵੱਧ ਜਾਂਦੀਆਂ। ਜਿਹੜਾ ਮੈਰਿਜ ਅਰੇਂਜ ਮੈਰਿਜ, ਇਹਦੇ ਸਿਆਣਪੇ ਸਿਆਣੇ ਬੰਦਿਆਂ ਦੀ ਕੋਈ ਨਾ ਚੋਣ ਹੁੰਦੀ ਆ, ਉਹ ਫਿਰ ਵੀ ਕਿਤੇ ਨਾ ਕਿਤੇ ਵੇਹਦੇ ਆ ਮੇਲ ਜੋਲ, ਇਹ ਲੜਕੀ ਲੜਕੇ ਦਾ ਮੇਲ ਆ, ਇਹਨਾਂ ਦੀ ਕੁਆਲੀਫਿਕੇਸ਼ਨ, ਇਹਨਾਂ ਦਾ ਜੋ ਆਪੋ ਵਿੱਚ ਤਕਰੀਬਨ ਤਰੀਬ ਮੇਲ ਹੋਵੇ। ਫਿਰ ਮੇਰੀ ਤਾਂ ਇਹ ਸਿੱਖਿਆ ਵਾ, ਜੇ ਲਵ ਮੈਰਿਜ ਕਰਾਉਣਾ ਵੀ ਆ ਨਾ, ਮਾਪਿਆਂ ਦੀ ਸਹਿਮਤੀ ਨਾਲ ਕਰਾਓ, ਠੀਕ ਹੈ। ਜੁਗ ਨਾਲ ਪਰ ਚੱਲਣਾ ਪੈਣਾ, ਪਰ ਮਾਪਿਆਂ ਦੀ ਸਹਿਮਤੀ ਜ਼ਰੂਰੀ ਚਾਹੀਦੀ ਆ, ਅਤੇ ਫਿਰ ਮਾਪੇ ਦਾ ਸਤਿਕਾਰ ਕਰੋ, ਫਿਰ ਉਹ ਵੀ ਵੇਖ ਕੇ ਕਰਦੀ ਆ। ਜੇ ਤੁਸੀਂ ਮਾਪੇ ਨੂੰ ਐਂ ਵੇਖੋਗੇ ਵਿੰਗਾ, ਉਹਨੇ ਵੀ ਵਹਿੰਦੀ ਰਹਿਣਾ ਵੀ ਘਰ 'ਚ ਕੀ ਚੱਲਦਾ, ਉਹ ਕੁਛ ਹੀ ਆ। ਬਾਕੀ ਦਾਜ ਦੂਜ ਦੇ ਮੈਂ ਜ਼ਿੰਦਗੀ 'ਚ ਖਿਲਾਫ ਰਿਹਾ ਵਾਂ, ਸਾਦੇ ਮੈਂ ਬੱਚੇ ਵਿਆਹ, ਸਾਦਾ ਆਪਣਾ ਵਿਆਹ ਕਰਾਇਆ, ਇਹਦੇ ਵਿੱਚ ਹੀ ਸੁੱਖ ਆ, ਕਰਜ਼ੇ ਤੋਂ ਬਾਜੋ। ਬਾਪੂ ਜੀ ਹੋਣਾਂ ਦੀਆਂ ਗੱਲਾਂ ਜਿਹੜੀਆਂ ਨੇ 100% ਤੋਂ ਵੱਧ ਵੀ ਆਪਾਂ ਕਹਿ ਸਕਦੇ ਜਿੰਨਾ ਦਰਜਾ ਦੇ ਦਈਏ, ਬਹੁਤ ਸਿਆਣੀਆਂ, ਅਤੇ ਕਿਉਂਕਿ ਇਹਨਾਂ ਨੇ ਸਮੇਂ ਹੰਢਾਏ ਨੇ, ਇਹਨਾਂ ਜ਼ਿੰਦਗੀਆਂ ਹੰਢਾਈਆਂ ਨੇ, ਇਹਨਾਂ ਨੂੰ ਇਹਨਾਂ ਚੀਜ਼ਾਂ ਦੇ ਵੱਧ ਤਜਰਬੇ ਨੇ। ਸੋ ਅੱਜ ਦਾ ਪ੍ਰੋਗਰਾਮ ਪ੍ਰਾਈਮ ਸੱਥ ਇੱਥੇ ਹੀ ਖਤਮ ਕਰਦੇ ਹਾਂ, ਕੱਲ੍ਹ ਫਿਰ ਮਿਲਾਂਗੇ ਨਵੇਂ ਐਪੀਸੋਡ ਦੇ ਨਾਲ। ਫਿਲਹਾਲ ਦੇ ਲਈ ਮੈਨੂੰ ਪਰਮ ਸਿੰਘ ਨੂੰ ਦਿਓ ਇਜਾਜ਼ਤ, ਕੈਮਰਾਮੈਨ ਗਗਨ ਦੇ ਨਾਲ, ਦੇਖਦੇ ਰਹੋ ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ ਤੁਹਾਡੇ ਲਈ ਸਤਿ ਸ਼੍ਰੀ ਅਕਾਲ।